ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਕੁਝ ਦਿਨਾਂ ਤੋਂ ਜੋ ਗਦਰ ਪਾਰਟੀ ਦੇ ਨਾਲ ਸੰਬੰਧਿਤ ਸੂਰਬੀਰ ਹੋਏ ਹਨ, ਯੋਧੇ ਹੋਏ ਹਨ, ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਰਿਕਾਰਡਿੰਗ ਕਰ ਰਹੇ ਹਾਂ ਕਿ ਉਹਨਾਂ ਦੀਆਂ ਕਿਹੋ ਜਿਹੀਆਂ ਯਾਦਾਂ ਬਣੀਆਂ ਹਨ ਜਾਂ ਕਿੰਨਾ ਕੁ ਲੋਕਾਂ ਦੇ ਵਿੱਚ ਜੋ ਚਾਹੁੰਦੇ ਸੀ ਉੱਥੋਂ ਦੇ ਲੋਕ ਕਿੰਨਾ ਕੁ ਉਹਨਾਂ ਪ੍ਰਤੀ ਸੁਹਿਰਦ ਹਨ। ਸੋ ਅੱਜ ਅਸੀਂ ਜਿਹੜੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਹਨ ਬਾਬਾ ਸੋਹਣ ਸਿੰਘ ਜੀ ਪਕਨਾ, ਉਹਨਾਂ ਦੇ ਪਿੰਡ ਪਹੁੰਚੇ ਹੋਏ ਹਾਂ। ਸਾਡੇ ਨਾਲ ਇਸ ਵੇਲੇ ਕਾਮਰੇਡ ਦਵਿੰਦਰ ਸੋਲ ਜੀ ਮੌਜੂਦ ਨੇ, ਆਓ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਜੋ ਗਦਰੀ ਬਾਬੇ ਚਾਹੁੰਦੇ ਸੀ ਉਹਨਾਂ ਦਾ ਉਦੇਸ਼ ਕੀ ਸੀ, ਕਿ ਉਹ ਜਿਹੜੇ ਸੁਪਨੇ ਆ ਉਹਨਾਂ ਦੇ ਕਿੰਨੇ ਕੁ ਸਾਕਾਰ ਹੋਏ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦਵਿੰਦਰ ਕੁਮਾਰ ਸੋਲ, ਗਦਰ ਪਾਰਟੀ ਬਾਬਾ ਸੋਹਣ ਸਿੰਘ ਪਕਣਾ ਦਾ ਜਿਹੜਾ ਅਸੀਂ ਹਰ ਸਾਲ ਹੀ ਪ੍ਰੋਗਰਾਮ ਕਰਦੇ ਸੀ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ। ਬਾਬਾ ਸੋਹਣ ਸਿੰਘ ਪਕਣਾ ਜੀ ਨੇ ਜੋ ਸੋਚ ਉਹਨਾਂ ਸੋਚੀ ਸੀ, ਜੋ ਉਹਨਾਂ ਦੇਸ਼ ਵਾਸਤੇ ਸੋਚਿਆ ਸੀ ਵੀ ਦੇਸ਼ ਸਾਡਾ ਜਿਹੜਾ ਵਾ ਆਜ਼ਾਦ ਹੋ ਕੇ ਕਿਹੋ ਜਿਹਾ ਸਿਸਟਮ ਕਿਹੋ ਜਿਹਾ ਆਊਗਾ, ਇੱਥੇ ਕਿਹੋ ਜਿਹੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ ਜਾਂ ਹੋਰ ਪ੍ਰਬੰਧ ਮਿਲੂਗਾ, ਉਹ ਪ੍ਰਬੰਧ ਦੇ ਮੁਤਾਬਕ ਸਾਨੂੰ ਉਹ ਜਿਹਾ ਜੋ ਪ੍ਰਬੰਧ ਚਾਹੁੰਦੇ ਸੀ ਉਹਦੇ ਮੁਤਾਬਕ ਕੋਈ ਨਹੀਂ ਮਿਲ ਰਿਹਾ ਇੱਥੇ, ਕਿਉਂਕਿ ਇੱਥੇ ਹਰ ਚੀਜ਼ ਦਾ ਭ੍ਰਿਸ਼ਟਾਚਾਰ ਬੇਈਮਾਨਾਂ ਦਾ ਰਾਜ ਵਾ। ਇਹ ਜਿਹੜੀ ਆ ਸਰਕਾਰਾਂ ਨੇ ਇਹਨਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ ਵਾ। ਇਹ ਸਰਕਾਰਾਂ ਚਾਹੁੰਦੀਆਂ ਵੀ ਇਹ ਲੋਕ ਜਿਹੜੇ ਆ ਭ੍ਰਿਸ਼ਟ ਹੋ ਜਾਣ, ਨਸ਼ਾਈ ਹੋ ਜਾਣ। ਇਹ ਨਸ਼ਾਈ ਕਰਕੇ ਜਿਹੜੇ ਬਾਬਾ ਹੀ ਚਾਹੁੰਦੇ ਸੀ, ਬਾਬਾ ਹੀ ਸੁਪਨਿਆਂ ਦੇਸ਼ ਬਿਲਕੁਲ ਹੀ ਨਹੀਂ ਬਣਿਆ। ਅਸੀਂ ਅੱਜ ਤੋਂ 1995 ਤੋਂ ਸ਼ੁਰੂ ਕੀਤਾ, ਪਹਿਲੋਂ ਅੱਤਵਾਦ ਦੇ ਦੌਰ ਗਦਰ ਪਾਰਟੀ ਦਾ ਜਿਹੜਾ ਪ੍ਰੋਗਰਾਮ ਸੀ ਜਾਂ ਬਾਬਾ ਸੋਹਣ ਸਿੰਘ ਭੰਗੜੇ ਦੇ ਮੇਲਾ ਜਿਹੜਾ ਕੋਈ ਨਹੀਂ ਕਰਵਾਉਂਦਾ, ਅਸੀਂ ਸੀ ਪੀ ਆਈ ਵੱਲੋਂ 1995 ਤੋਂ ਲੱਗ ਕੇ ਅੱਜ ਤੱਕ ਲਗਾਤਾਰ 4 ਜਨਵਰੀ ਨੂੰ ਜਿਹੜਾ ਉਹਨਾਂ ਜਨਮਦਿਨ ਹੁੰਦਾ ਉਹਦੇ 'ਤੇ ਅਸੀਂ ਬਹੁਤ ਵੱਡੀ ਸਿਆਸੀ ਕਾਨਫਰੰਸ, ਬਹੁਤ ਵੱਡਾ ਮੇਲਾ, ਬਹੁਤ ਵੱਡੇ ਦਾ ਪ੍ਰਬੰਧ, ਸਾਰਾ ਮੇਲੇ ਮੂਲੇ ਦਾ ਪ੍ਰਬੰਧ ਕਰਕੇ, ਲੰਗਰ ਦਾ ਪ੍ਰਬੰਧ ਕਰਕੇ, ਹੋਰ ਪ੍ਰਬੰਧ ਕਰਕੇ ਉੱਥੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਬਾਬੇ ਸੋਹਣ ਸਿੰਘ ਪਕਣੇ ਦੀ ਸੋਚ ਨਾਲ ਜੋੜਨ ਨੂੰ ਅਸੀਂ ਕਹਿੰਦੇ ਵੀ ਹਰ ਬੰਦੇ ਨੂੰ ਬਾਬੇ ਸੋਹਣ ਸਿੰਘ ਪਕਣੇ ਦੀ ਸੋਚ ਨਾਲ ਜੁੜਨਾ ਚਾਹੀਦਾ। ਜਿਹੜਾ ਉਹਨੇ ਸੋਚ ਲਈ ਕੇ ਸਾਡੇ ਉਹ ਆਏ ਸੀ ਉਹਦੀ ਸੋਚ ਨਾਲ ਅਸੀਂ ਜੁੜੀਏ। ਅਸੀਂ ਨੌਜਵਾਨਾਂ ਨੂੰ ਵੀ ਇਹੋ ਹੀ ਹਰ ਸਾਲ ਆਦੇਸ਼ ਦਿੰਦੇ ਹਾਂ, ਉਹਨੇ ਆਦਰਸ਼ ਦਿੰਦੇ ਹਾਂ, ਆਦੇਸ਼ ਦਿੰਦੇ ਹਾਂ ਵੀ ਉਹਦੇ ਆਦੇਸ਼ਾਂ ਮੁਤਾਬਕ ਆਪਾਂ ਨੂੰ ਚੱਲਣਾ ਚਾਹੀਦਾ ਵਾ। ਬਾਬੇ ਸੋਹਣ ਸਿੰਘ ਪਕਣਾ, ਜਿਹੜੇ ਹੋਰ ਵੀ ਸੂਰਬੀਨ ਹੋਏ ਆ, ਬਾਬਾ ਕੇਸਰ ਸਿੰਘ ਠਾਠਗੜ੍ਹ, ਵਿਸਾਖਾ ਸਿੰਘ ਦੇਰ ਸਾਹਿਬ, ਬਾਬਾ ਗੁਰਦਿੱਤ ਸਿੰਘ ਸਰਿਆਲੀ ਵਾਲੇ, ਬਾਬਾ ਅਰਜਨ ਸਿੰਘ ਜੀ ਗੜਗੱਜ, ਜਿਹੜੇ ਵੀ ਹੋਏ ਆ ਬਾਬੇ ਹੋਏ ਆ, ਦੇਸ਼ ਭਗਤ ਹੋਏ ਆ, ਗਦਰੀ ਬਾਬੇ ਹੋਏ ਆ, ਸ਼ਹੀਦ ਭਗਤ ਸਿੰਘ, ਰਾਜਗੁਰੂ ਸਿੰਘ ਤੋਂ ਬਾਅਦ ਹੋਏ ਆ, ਪਰ ਜਿਹੜੇ ਵੀ ਦੇਸ਼ ਭਗਤਾਂ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਵਾ ਹਿੰਦੁਸਤਾਨ ਬਦਲੇ ਆਜ਼ਾਦੀ ਲਹਿਰ 'ਤੇ, ਉਹਦਾ ਜਿਹੜਾ ਵਾ ਲੋਕਾਂ ਨੂੰ ਜੋ ਸਹੂਲਤਾਂ ਚਾਹੁੰਦੇ ਸੀ, ਜੋ ਚਾਹੁੰਦੇ ਸਾਡਾ ਦੇਸ਼ ਕਿਹੋ ਜਿਹਾ ਹੋਵੇ। ਪਰ ਇੱਕ ਗੱਲ ਬਾਬਾ ਜੀ ਇਹ ਕਰਦੇ ਸੀ ਵੀ ਮੇਰਾ ਅੰਗਰੇਜ਼ ਸਰਕਾਰ 'ਤੇ ਲੱਕ ਉੱਭਾ ਨਹੀਂ ਕਰ ਸਕੀ, ਪਰ ਜਿਹੜੀ ਕਾਂਗਰਸ ਸਰਕਾਰ ਵਾ ਜਿਹੜਾ 1952 ਜਿਹਨੇ ਰਾਜ ਸ਼ੁਰੂ ਕੀਤਾ ਸੀ, ਇਹਨੇ ਇੱਕਰਾ ਨਹਿਰੂ ਨੂੰ ਤਾਹਨਾ ਵੀ ਮਾਰਿਆ ਸੀ ਵੀ ਬਾਬਾ ਸੋਹਣ ਸਿੰਘ ਪਕਣੇ ਨੇ ਵੀ ਮੇਰਾ ਦੇ ਜਿਹੜਾ ਅੰਗਰੇਜ਼ ਸਰਕਾਰ ਵਾ ਉਹ ਲੱਕ ਉੱਭਾ ਨਹੀਂ ਕਰ ਸਕੀ, ਤੇਰੀ ਸਰਕਾਰ ਨੇ ਮੇਰਾ ਲੱਕ ਉੱਭਾ ਕਰ ਦਿੱਤਾ ਵਾ। ਇਹੋ ਜਿਹੀ ਸਰਕਾਰ ਆ ਸਾਡੇ ਦੇਸ਼ ਵਿੱਚ, ਇਹ ਜੋ ਸਰਮਾਏਦਾਰ ਦੀ ਸਰਕਾਰ ਵਾ, ਇਹ ਸਰਕਾਰਾਂ ਨੇ ਬਾਬਾ ਜੀ ਦਾ ਜਿਹੜਾ ਵਾ ਉਹ ਸੁਪਨਿਆਂ ਵਾਲਾ ਦੇਸ਼ ਨਹੀਂ ਬਣਾਇਆ। ਅਸੀਂ ਚਾਹੁੰਦੇ ਹਾਂ CPI ਵੱਲੋਂ, ਸਰਬ ਭਾਰਤ ਨੌਜਵਾਨ ਸਭਾ ਵੱਲੋਂ ਅਸੀਂ ਸਾਰਿਆਂ ਵੱਲੋਂ ਰਲ ਕੇ ਹਰ ਸਾਲ ਜਿਹੜਾ ਦਿਨ ਮਨਾਉਂਦੇ ਹਾਂ ਉਹ ਬਹੁਤ ਵੱਡੀ ਤਾਦਾਦ ਵਿੱਚ ਮਨਾਉਂਦੇ ਹਾਂ। ਧੰਨਵਾਦ। Thank you.
प्रोग्राम देख रहे सारे ही दर्शकों संतोष सिंह पन्नू वालों सत श्री अकाल। आप जी पता ही है कि असी गदर पार्टी के नाल संबंधित जोड़े सुरवीर हुए हैं उन्होंने पिंड जाके देख रहे हैं कि उन्होंने किहोजियां यादगार बनिया ज कि लोगों ने उन्होंने याद रखा है तो उन्होंने परिवारों की अजक हालात किहोजी है। अज असी पिंड पकना जो जिला अमृतसर का पिंड है आप जी दसना चाहते हैं कि बाबा सोहन सिंह जी पकना जिहड़े गदर पार्टी के पहले प्रधान होए हैं क्योंकि अमेरिका दे विच बहुत सारे लोग रोजी रोटी कमाउण वास्ते गए तो बाबा सोहन सिंह पकना भी उन्हां दे विचों सी। इन्हां दा मेल मिलाप गा के बाबा विसाखा सिंह जी दे देर साहब जवाला सिंह जी ठटियां संतोख सिंह जी धरदेओ ते होर बहुत सारे देश भगतां ने दे नाल होया जिथे इन्हां ने विचारां करके गदर पार्टी की नींह रखी। पहला गदर अखबार चालू किया फिर गदर पार्टी तो हिंदुस्तान दे विच आके हथियारबंद इनकलाब दे राही अंग्रेज़ां नूं कढ़न की कोशिश की भावें उह कोशिश पूरी कामयाब तां नहीं हो गई पर फिर भी जिहड़ी इह कोशिश सी जिहड़ी इह गदरी बाबिआं ने जो सुपना लिया सी लोगों के एक नवी रूह फूकी गई तो जिहड़ी जवानी सी उह देश नूं आज़ाद कराउण वास्ते तुर पई वख वख लहरां उठियां उस समें दे विच ते गदर लहर दा भी आज़ादी के अंदोलन के आज़ादी दवाउण दे विच आज़ादी लैण दे विच बहुत अहम रोल है। तो अज असीं बाबा सोहन सिंह जी दे पिंड पकना विखे पहुँचे हो आप जी देख रहे हो कि सामने ये बोर्ड भी लगा है बाबा सोहन सिंह जी पकना पर लिखा हुआ कि बाबा जी का जन्म 4 जनवरी 1870 ईस्वी नूं होया ते आप जी ने आखिरी साह जिहड़े 21 दिसंबर 1968 नूं लै इस जगह पर ही बाबा जी का संस्कार किया गया। बाबा जी जदों जेल तो रिहा होकर आए तो फिर भी बहुत सारे आम मोर्चों के उन्होंने हिस्सा लिया तो बाबा जी ने जो अपने इत्थे गवांड स्कूल बनिया होया है वह भी बाबा जी की मेहनत के नाल ही जिहड़ा स्कूल से वह होंदे विच आया। तो नाल ही आपां देख रहे हैं गदर पार्टी का झंडा जिहड़ा देश भगत यादगार हाल के उपर भी झुल रहा है तो जुगंतर आश्रम जिहड़ा अमेरिका दे विच सी उत्थे भी ये झंडा जिहड़ा चलाया गया सी। उस तो नाल ही एक आपां सामने देख रहे हैं कि देश नूं आज़ाद कराउण वाली कि पार्टी है गदर पार्टी। बहुत सारा बाबा जी ने ये जिहड़ा पत्थर है आपदे हत्थी बाबा जी ने तैयार करवा के शायद लाया है तो उन्होंने परिवार के विचों साढ़े नाल भाई साहब खड़े उन्होंने नाल भी आप जान पछाण करांगे तो नाले बाबा जी के जीवन के नाल संबंधित जिहड़ी सारी जानकारी हासिल करांगे क्योंकि ये जदों देश वंड हो गया तो बार्डर एरिए दा इलाका सी ते पढ़ाई पक्षों काफ़ी पछड़िया होया सी ते बाबा जी ने इत्थे जिहड़ा स्कूल है वह बनवाया ता कि जिहड़ी आने वाली पीढ़ी है नौजवान है पढ़ लिख के अगे वधणगे ता ही उन्हां नूं देश बारे सारी सोझी होएगी ते किहो जिहा असीं समाज लिआउणा है। तो आओ आपां भाई साहब दे नाल गल करदे हां जिहड़े इन्हां दे परिवार दे विचों ने। सति श्री अकाल भाजी। सति श्री अकाल जी। की नाम जी अपना? जसवीर सिंह गिल। जसवीर सिंह जी बाबा सोहन जी पकना की लगते सी तुहाडे? बाबा सोहन सिंह जी पकना मेरे परदादा जी लगते सीगे जी। तो तुहानूं परिवारक जानकारी है कि बाबा जी किन्ने भरा सीगे? इस तरह हैगा बाबा जी दे तिन्ना पीढ़ियां तो पहलों तो ही कल्ले ही एक ही वारस चलते आ रहे सीगे। बाबा जी दे जिहड़े पिता सीगे वह भी कल्ले सीगे। अच्छा जी। तो बाबा जी दे पिता जी जिहड़ी शादी होई सीगी उन्हां तो कोई औलाद नहीं सी होई जी। फिर वह जिहड़ी बाबा जी की धर्म माता सीगा फिर बाबा जी उन्हां पहली पत्नी के कहन ते बाबा जी ने दूसरी उन्हां दे पिता जी ने दूसरी शादी की थी सीगी। ठीक है जी। फिर जिहड़ी दूसरी शादी उहदे विचों बाबा सोहन सिंह पकना का जिहड़ा जन्म होया सीगा और जिहड़ी धर्म माता सीगी बाबा जी पिता जी पहली पत्नी सी जिहड़ी इन्हां दी धर्म माता सी बाबा जी दी उन्हां ने मतलब जिहड़ी हैगी कुखों जिन्ना जम्मे उन्हां नूं ज़्यादा उन्हां ने बाबा जी नूं पालिया सीगा जी। मैं ये गल सांझी करना चाहुंदा कि बाबा जी का जिहड़ा बचपन सी इसे पिंड दे विच बीतिया तो बाबा जी ने आपदी जिहड़ी जीवनी लिखी है उहदे विच भी लिखिया होया है कि बाबा जी पहला को संगत दे विच भी पै गए तो उस तो बाद फिर महेवे दे बाबा जी का एक नाम आता है नाम तरिया की नाम से उन्हें याद जी तुहानू? बाबा जी केसर सिंह। बाबा केसर सिंह जी उन्हां दी संगत दे विच आए तो फिर जिहड़ी जिंदगी सी जिहड़ी लियो लै चुकी सी फिर ली त्याई तो फिर विदेशां दे विच जिहड़ा ए रोजी रोटी कमाउण वास्ते गए तो उत्थे जा के गदर पार्टी दे विच शामिल हो गए। आके भी उन्होंने आखिरी दमां तक जिहड़ा संघर्ष जारी रख्या है
ਅਤੇ ਬਾਬਾ ਜੀ ਆਹ ਵੀ ਲਿਖਦੇ ਹਨ ਕਿ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਸਰਕਾਰ ਦੀ ਇਹ ਕੋਸ਼ਿਸ਼ ਸੀ ਕਿ ਜਿਹੜੇ ਗਦਰੀ ਬਾਬੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਦੀ ਈਨ ਮੰਨ ਲੈਣ, ਅਤੇ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਧਰਮ ਦੀ ਮਾਤਾ ਹੈ ਉਹਦਾ ਬਾਬਾ ਜੀ ਜ਼ਿਆਦਾ ਕਹਿਣਾ ਮੰਨਦੇ ਹਨ, ਅਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਲੈ ਕੇ ਗਏ, ਅਤੇ ਪਰ ਬਾਬਾ ਜੀ ਨੇ ਜਦੋਂ ਸਮਝਾਇਆ ਤਾਂ ਸਾਰਾ, ਮਾਤਾ ਨੇ ਵੀ ਕਿਹਾ ਵੀ ਨਹੀਂ ਇਹ ਗੱਲ ਨਹੀਂ, ਜਿਸ ਤਰ੍ਹਾਂ ਵੀ ਤੁਹਾਡਾ ਮਤਲਬ ਸੰਘਰਸ਼ ਹੈ ਉਹਨੂੰ ਤੁਸੀਂ ਜਾਰੀ ਰੱਖੋ, ਇਹ ਨਹੀਂ ਹੈ ਕਿ ਸਾਡੇ ਕਹਿਣ 'ਤੇ ਤੁਸੀਂ ਜਾਂ ਸਾਡੇ 'ਤੇ ਕਈ ਤਰ੍ਹਾਂ ਦਾ ਤੁਹਾਨੂੰ ਪਤਾ ਪਰਿਵਾਰਾਂ ਦਾ ਜਿਹੜੀ CID ਹੁੰਦੀ ਹੈ ਸਰਕਾਰਾਂ ਜਿਹੜੀਆਂ ਪਰਿਵਾਰਾਂ 'ਤੇ ਦਬਾਅ ਬਣਾਉਂਦੀਆਂ ਹਨ, ਪਰ ਬਾਬਾ ਜੀ ਅਡੋਲ ਰਹੇ ਅਤੇ ਪਰਿਵਾਰ ਵੀ ਉਹਨਾਂ ਦਾ ਅਡੋਲ ਰਿਹਾ। ਅਤੇ ਉਸ ਤੋਂ ਬਾਅਦ ਜਦੋਂ ਬਾਬਾ ਜੀ ਇੱਥੇ ਕਿਹੜੇ ਸਮੇਂ ਦੇ ਵਿੱਚ ਜਿਹੜਾ ਸਕੂਲ ਹੈ ਬਣਾਇਆ ਜੀ? ਬਾਬਾ ਜੀ ਨੇ, ਮੈਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਕੁਝ ਕਹਿਣਾ ਚਾਹੁੰਦਾ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆ, ਬਾਬਾ ਜੀ ਕੋਈ ਸੰਗਤ ਵਿੱਚ ਪੈ ਗਏ ਸੀਗੇ, ਹਾਂਜੀ, ਅਤੇ ਉਸ ਤੋਂ ਬਾਅਦ ਬਾਬਾ ਜੀ ਰੋਜ਼ ਰੋਜ਼ਾਨਾ ਹੀ ਜਦੋਂ ਸੈਰ 'ਤੇ ਸਵੇਰ ਦੇ ਟਾਈਮ ਜਾਂਦੇ ਹੁੰਦੇ ਸੀਗੇ, ਸੰਤ ਮਾਵੇ ਵਾਲੇ ਸੀਗੇ, ਕੂਕਾ ਲਹਿਰ ਦੇ ਵਿੱਚੋਂ ਨਾਮਧਾਰੀ ਸੰਤ ਸੀਗੇ ਜੀ। ਜਦੋਂ ਸਵੇਰ ਦੇ ਟਾਈਮ ਬਾਬਾ ਜੀ ਆਪਣੇ ਘਰ ਤੋਂ ਸੈਰ ਵਾਸਤੇ ਜਾ ਰਹੇ ਸੀਗੇ, ਉਹਨਾਂ ਦੀ ਕੰਨੀ ਆਵਾਜ਼ ਪਈ, ਇੱਥੇ ਕੀਰਤਨ ਹੋ ਰਿਹਾ ਸੀਗਾ ਭਕਨੇ ਦੇ ਵਿੱਚ, ਕਿਉਂਕਿ ਭਕਨੇ ਦੀ ਸੰਗਤ ਪਹਿਲਾਂ ਹੀ ਬਾਬਾ ਜੀ ਮਾਵੇ ਵਾਲਿਆਂ ਦਾ ਮਤਲਬ ਸੰਗਤ ਕਰਾਉਂਦੀ ਸੀਗੀ ਪਿੰਡ ਦੇ ਵਿੱਚ। ਜਦੋਂ ਬਾਬਾ ਜੀ ਦੇ ਕੰਨੀ ਆਵਾਜ਼ ਪਈ ਤਾਂ ਉਹ ਥੋੜ੍ਹਾ ਦੂਰ ਜਾ ਕੇ ਅਤੇ ਉਹ ਵੀ ਸੁਣਨ ਲੱਗ ਗਏ, ਉਹਨਾਂ ਨੂੰ ਬਾਬਾ ਜੀ ਦੇ ਬੋਲ ਵਧੀਆ ਲੱਗੇ ਸੰਤ ਮਾਵੇ ਵਾਲਿਆਂ ਦੇ। ਉਹਨਾਂ ਫਿਰ ਰੋਜ਼ਾਨਾ ਹੀ ਕੀ ਕਰਨਾ ਵੀ ਜਦੋਂ ਵੀ ਉੱਥੇ ਸੰਗਤ ਇਕੱਠੀ ਹੋਣੀ ਤਾਂ ਉਹਨਾਂ ਮਗਰ ਜਾ ਕੇ ਅਤੇ ਬੈਠ ਜਾਣਾ। ਇੱਕ ਦਿਨ ਬਾਬਾ ਜੀ ਦੀ ਜਿਹੜੀ ਧਰਮ ਦੀ ਮਾਤਾ ਸੀਗੀ, ਉਹਨਾਂ ਬੇਨਤੀ ਕੀਤੀ ਸੰਤ ਮਾਵੇ ਵਾਲਿਆਂ ਨੂੰ ਵੀ ਸਾਡਾ ਲੜਕਾ ਜਿਹੜਾ ਵਾ ਉਹ ਕੁ ਸੰਗਤ ਵਿੱਚ ਪੈ ਚੁੱਕਾ ਵਾ, ਔਰ ਇੱਕ ਦੋ ਦਿਨ ਤੱਕ ਵੇਖਿਆ ਵੀ ਉਹ ਤੁਹਾਡੀ ਸੰਗਤ ਵਿੱਚ ਬੈਠਦਾ ਵੀ ਆ, ਜੇ ਤੁਸੀਂ ਕਿਰਪਾ ਕਰੋ ਤਾਂ ਇਹਨਾਂ ਦੇ ਸਿਰ 'ਤੇ ਹੱਥ ਰੱਖੋ ਅਤੇ ਇਹਨਾਂ ਨੂੰ ਕੁਝ ਸਮਝਾਓ। ਅਤੇ ਇੱਕ ਦਿਨ ਸੰਤ ਮਾਵੇ ਵਾਲਿਆਂ ਨੇ ਬਾਬਾ ਜੀ ਨੂੰ ਆਪਣੇ ਕੋਲ ਬੁਲਾਇਆ, ਉਹਨਾਂ ਕਿਹਾ ਵੀ ਤੁਹਾਨੂੰ ਅਸੀਂ ਰੋਕਦੇ ਨਹੀਂ, ਤੁਸੀਂ ਜਗਦੀ ਜਿੱਥੇ ਵੀ ਜਾਣਾ ਤੁਸੀਂ ਜਾ ਸਕਦੇ, ਲੇਕਿਨ ਸੰਗਤ ਜਿਹੜੀ ਹੈ ਨਾ ਅੱਗੇ ਬੈਠ ਕੇ ਰੋਜ਼ ਸੁਣਿਆ ਕਰੋ, ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਵੀ ਤੁਸੀਂ ਠੀਕ ਆ ਕੁਸ਼ਤੀਆਂ ਕਰਵਾਉਂਦੇ ਸੀ ਜਾਂ ਜਿੱਦਾਂ ਵੀ ਕੁਝ ਇਹੋ ਜਿਹੇ ਸੱਜਣ ਮਿੱਤਰ, ਕਿਉਂਕਿ ਬਾਬਾ ਜੀ ਇੱਕ ਇਕਲੌਤੇ ਹੋਣ ਕਾਰਨ ਇਹਨਾਂ ਦੀ ਜਾਇਦਾਦ ਵੀ ਕਾਫੀ ਸੀ, ਕੁਝ ਇਹੋ ਜਿਹੇ ਸੱਜਣ ਕੁਝ ਖਾਣ ਪੀਣ ਵਾਲੇ ਜਿਹੜੇ ਸੱਜਣ ਸੀ ਉਹ ਬਾਬਾ ਜੀ ਦੇ ਨਜ਼ਦੀਕ ਆ ਜਾਂਦੇ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਗਲਤ ਬੰਨੇ ਲੈ ਗਏ। ਅਤੇ ਬਾਬਾ ਜੀ ਨੇ ਜਿਹੜੇ ਮਾਵੇ ਵਾਲੇ ਸੰਤ ਸੀਗੇ ਉਹਨਾਂ ਨੇ ਫਿਰ ਇਹਨਾਂ ਨੇ ਰੋਜ਼ ਹੀ ਉਹਨਾਂ ਕੋਲ ਜਾਣਾ ਅਤੇ ਉਹਨਾਂ ਦੇ ਵਿਚਾਰ ਸੁਣਨੇ, ਉਹਨਾਂ ਦੇ ਵਿਚਾਰ ਸੁਣਨ ਕਰਕੇ ਇਹਨਾਂ ਦੇ ਰੋਜ਼ ਹੀ ਮਤਲਬ ਜਿਹੜੀ ਚੇਂਜਿੰਗ ਆਉਂਦੀ ਗਈ। ਇੱਕ ਦਿਨ ਘਰ ਵਿੱਚ ਬੈਠੇ ਸੀ ਸਵੇਰ ਦੇ ਟਾਈਮ, ਅਤੇ ਕੁਝ ਇਹਨਾਂ ਦੇ ਸੱਜਣ ਜਿਹੜੇ ਰੋਜ਼ਾਨਾ ਮੁਤਾਬਕ ਇਹਨਾਂ ਦੇ ਨਾਲ ਰਹਿੰਦੇ ਸੀਗੇ ਉਹਨਾਂ ਦੇ ਕੋਲ ਬਾਬਾ ਭਕਨਾ ਜੀ ਦੇ ਕੋਲ ਆਏ, ਇਹਨਾਂ ਨੂੰ ਕਹਿਣ ਲੱਗੇ ਸੁਣ ਸਿੰਘ ਚੱਲ ਚੱਲੀਏ ਆਪਾਂ ਜਿੱਥੇ ਵੀ ਜਾਂਦੇ ਸੀਗੇ ਅਤੇ ਬਾਹਰ ਘੁੰਮਣ ਵਾਸਤੇ ਲਾ ਲਓ। ਅਤੇ ਬਾਬਾ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਵੀ ਮੈਂ ਨਹੀਂ ਜਾਣਾ, ਕਹਿੰਦਾ ਵੀ ਰੋਜ਼ ਹੀ ਆਪਾਂ ਜਾਂਦੇ ਹਾਂ ਮੌਜ ਮਸਤੀ ਕਰਦੇ ਹਾਂ ਚੱਲੀਏ, ਬਾਬਾ ਜੀ ਕਹਿੰਦੇ ਇੱਕ ਮਿੰਟ ਖੜ੍ਹ ਜਾਓ ਤੁਸੀਂ ਮੈਂ ਹੁਣੇ ਹੀ ਆਉਣਾ। ਜਦੋਂ ਬਾਬਾ ਜੀ ਅੰਦਰ ਗਏ ਅਤੇ ਅੰਦਰ ਇੱਕ ਸ਼ਰਾਬ ਦੀ ਬੋਤਲ ਸੀਗੀ, ਉਹ ਬਾਬਾ ਜੀ ਨੇ ਉਹਨਾਂ ਆਪਣੇ ਦੋਸਤਾਂ ਦੇ ਸਾਹਮਣੇ ਲਿਆ ਕੇ ਅਤੇ ਭੰਨ ਦਿੱਤੀ ਫਰਸ਼ ਦੇ ਉੱਪਰ, ਕਿਹਾ ਵੀ ਇਹਦੀ ਤੁਹਾਡੀ ਸਾਂਝ ਸੀਗੀ ਅੱਜ ਤੋਂ ਇਹ ਵੀ ਖਤਮ ਹੋ ਗਈ ਔਰ ਤੁਹਾਡੀ ਸਾਂਝ ਵੀ ਖਤਮ ਹੋ ਗਈ, ਅੱਜ ਤੋਂ ਤੁਸੀਂ ਮੇਰੇ ਵੇਰ ਨਹੀਂ ਵਰਨਾ। ਉਸ ਤੋਂ ਬਾਅਦ ਬਾਬਾ ਜੀ ਸੋਚ ਜਿਹੜੀ ਆ ਇੰਨੀ ਕੁ ਬਦਲ ਗਈ ਅਤੇ ਉਹਨਾਂ ਆਪਣਾ ਪੂਰਾ ਧਿਆਨ ਹੀ ਜਿਹੜਾ ਉਹ ਸੰਗਤ ਵਿੱਚ ਲਾ ਦਿੱਤਾ ਅਤੇ ਸੰਤ ਮਾਵੇ ਵਾਲਿਆਂ ਨੂੰ ਜਿਹੜਾ ਉਹਨਾਂ ਆਪਣਾ ਗੁਰੂ ਧਾਰ ਲਿਆ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੈ ਕਿ ਸੰਤਾਂ ਮਹਾਂਪੁਰਸ਼ਾਂ ਦੇ ਸ਼ਰਨ ਦੇ ਵਿੱਚ ਆ ਕੇ ਜਿਹੜੀ ਜ਼ਿੰਦਗੀ ਹੈ ਬਦਲ ਜਾਂਦੀ ਹੈ, ਬਾਬਾ ਜੀ ਦੀ ਵੀ ਇਸੇ ਤਰ੍ਹਾਂ ਹੀ ਜਿਹੜੀ ਜ਼ਿੰਦਗੀ ਬਦਲ ਗਈ ਹੈ, ਜਿਹੜਾ ਉਹਨਾਂ ਦਾ ਰਾਹ ਸੀ ਬਿਲਕੁਲੋਂ ਉਹ ਇੱਕ ਅਲੱਗ ਮਾਰਗ 'ਤੇ ਉਹਨਾਂ ਨੇ ਚੱਲਣ ਦਾ ਤਹੱਈਆ ਕਰ ਲਿਆ ਅਤੇ ਲਗਾਤਾਰ ਉਸੇ ਮਾਰਗ 'ਤੇ ਚੱਲਦੇ ਰਹੇ। ਜਿਹੜੇ ਆਪਾਂ ਪਿੱਛੇ ਸਤੰਭ ਦੇਖ ਰਹੇ ਹਾਂ ਇਹ ਭਾਈ ਸਾਹਿਬ ਬਾਬਾ ਜੀ ਨੇ ਆਪ ਬਣਵਾਇਆ ਸੀ ਜਾਂ ਇਹ ਬਾਅਦ ਦੇ ਵਿੱਚ ਬਣਾਇਆ ਗਿਆ ਜੀ? ਵੇਖੋ ਜਦੋਂ ਦੇਸ਼ ਆਜ਼ਾਦ ਹੋ ਗਿਆ ਬਾਬਾ ਜੀ ਪਿੰਡ ਵਾਪਸ ਆ ਗਏ ਜੀ, ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਹੁਣ ਜਿਹੜਾ ਦੇਸ਼ 'ਤੇ ਅਸੀਂ ਆਜ਼ਾਦ ਕਰਵਾ ਲਿਆ, ਹੁਣ ਸਾਨੂੰ ਜ਼ਰੂਰਤ ਆ ਸਾਡੇ ਦੇਸ਼ ਦੇ ਨੌਜਵਾਨ ਜਿਹੜੇ ਕੁਰਾਹੇ ਪਏ ਆ ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਜੀ, ਕੁਝ ਇਹੋ ਜਿਹਾ ਇੱਕ ਯਾਦਗਾਰ ਸਥਾਪਿਤ ਕੀਤੀ ਜਾਵੇ ਅਤੇ ਜਿੱਥੇ ਨੌਜਵਾਨ ਆ ਕੇ ਕੋਈ ਸਿੱਖਿਆ ਲੈ ਸਕਣ। ਫਿਰ ਬਾਬਾ ਜੀ ਨੇ ਆਪਣੇ ਹੱਥੀਂ ਇੱਥੇ ਬੈਠ ਕੇ ਜਿਹੜਾ ਸਤੰਭ ਆਪ ਬਣਵਾਇਆ, ਕੁਝ ਦਿਨ ਪਹਿਲਾਂ ਹੀ ਇਹ ਜਿਹੜਾ ਜਿੰਦਕੋ ਬਣਵਾਇਆ ਸੀਗਾ ਮਿਸਤਰੀ ਇੱਥੋਂ ਕੂਸ ਕਰ ਗਿਆ ਜਿਹਦਾ ਉਹ ਮਤਲਬ ਉਹਦੀ ਮੌਤ ਹੋ ਗਈ, ਨਹੀਂ ਤਾਂ ਹਾਲੀ ਤੱਕ ਵੀ ਉਹ ਆਪਣੇ ਮੂੰਹ ਹੀ ਦੱਸ ਸਕਦਾ ਸੀ ਵੀ ਬਾਬਾ ਜੀ ਨੇ ਕੋਲ ਬੈਠ ਕੇ ਸਤੰਭ ਬਣਾਇਆ। ਇਹਦੇ ਉੱਪਰ ਇੱਕ ਪੱਥਰ ਲੱਗਾ ਆ ਜਿਨ੍ਹਾਂ ਨੇ ਬਾਬਾ ਜੀ ਨੇ ਨੌਜਵਾਨ ਨੂੰ ਉਹਦੇ ਉੱਤੇ ਨਾਰਾ ਲਿਖਿਆ ਹੋਇਆ ਵਾ, ਜਿੱਥਾਂ ਨੌਜਵਾਨ ਉੱਠੋ ਯੁੱਗ ਪਲਟ ਰਿਹਾ ਵਾ। ਜੇ ਅੱਜ ਤੋਂ ਅਸੀਂ 100 ਸਾਲ ਮਗਰ ਵੀ ਚਲ ਜਾਈਏ ਇਹ ਨਾਰਾ ਉਦੋਂ ਵੀ ਨੌਜਵਾਨਾਂ ਵਾਸਤੇ ਸੀਗਾ, ਜੇ ਅੱਜ ਦੀ ਨੌਜਵਾਨ ਪੀੜ੍ਹੀ ਜਿਸ ਤਰ੍ਹਾਂ ਨਸ਼ਿਆਂ ਵਿੱਚ ਪੈ ਕੇ ਗਰਕ ਹੁੰਦੀ ਜਾ ਰਹੀ ਹੈ, ਜੇ ਅਸੀਂ ਅੱਜ ਵੀ ਇੱਥੇ ਨੌਜਵਾਨ ਇਸ ਨਾਰੇ ਨੂੰ ਪੜ੍ਹਦੇ ਬਾਬਾ ਜੀ ਨੂੰ, ਸਾਨੂੰ ਲੱਗਦਾ ਵੀ ਅੱਜ ਹੀ ਲਿਖਿਆ ਹੋਇਆ ਹੈ ਬਾਬਾ ਜੀ ਅੱਜ ਵੀ ਸਾਨੂੰ ਉਹ ਪੁਕਾਰ ਜਿਹੜੀ ਪੁਕਾਰ ਕੇ ਕਹਿੰਦੇ ਵੀ ਨੌਜਵਾਨ ਉੱਠੋ ਯੁੱਗ ਪਲਟ ਰਿਹਾ ਹੈ।
ਅਸੀਂ ਨਸ਼ਿਆਂ ਦੇ ਵਿੱਚ ਨਾ ਪੈ ਗਏ, ਸਿੱਧੇ ਰਾਹ ਪੈ ਗਏ, ਸਮਾਜ ਸੇਵਾ ਦੇ ਕੰਮ ਕਰਕੇ ਅਤੇ ਦੇਸ਼ ਭਗਤੀ ਦਾ ਦਿਲ 'ਚ ਜਜ਼ਬਾ ਰੱਖ ਕੇ ਹਾਲੀ ਦੇਸ਼ ਵਾਸਤੇ ਬਹੁਤ ਕਰਨਾ ਬਾਕੀ ਆ। ਉਹ ਬਾਬਾ ਜੀ ਨੇ ਇਹ ਜਿਹੜਾ ਸਤੰਭ ਆ ਆਪ ਬਣਵਾਇਆ ਸੀਗਾ ਨੌਜਵਾਨਾਂ ਨੂੰ ਸੰਦੇਸ਼ ਦੇਣ ਵਾਸਤੇ। ਔਰ ਆਪਣੀ ਪਾਰਟੀ ਜਿਹੜੀ ਸੀਗੀ ਉਹਨਾਂ ਕਿਹਾ ਵੀ ਕਿਹੜੀ ਸੀ ਗਦਰ ਪਾਰਟੀ, ਇੱਥੇ ਗਦਰ ਪਾਰਟੀ ਦਾ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਇਹ ਮੀਰ ਪੱਥਰ ਦੇ ਉੱਪਰ। ਉਹਨਾਂ ਇਹ ਲਿਖਿਆ ਸੀ ਵੀ ਕਿਹੜੀ ਗਦਰ ਪਾਰਟੀ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ, ਪੂਰੀ ਹਿੰਦੁਸਤਾਨ ਦੀ ਦੁਨੀਆ ਨੂੰ ਬਾਹਰ ਵਰਲਡ ਦੇ ਵਿੱਚ ਇੱਕ ਝੰਜੋੜ ਕੇ ਰੱਖ ਦਿੱਤਾ। ਔਰ ਅੰਗਰੇਜ਼ਾਂ ਨੂੰ ਉਸ ਗਦਰ ਪਾਰਟੀ ਨੇ ਇਹੋ ਜਿਹਾ ਝੰਜੋੜਿਆ, ਉਹਨਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਠੀਕ ਹੈ, ਸਾਡੇ ਦੇਸ਼ ਦੇ ਵਿੱਚ ਅੱਜ ਵੀ, ਪਹਿਲਾਂ ਤੋਂ ਵੀ, ਅੰਗਰੇਜ਼ਾਂ ਦੇ ਟਾਈਮ ਤੋਂ ਵੀ ਕੁਝ ਸੂਹੀਏ ਹੁੰਦੇ ਨੇ ਜਿਹੜੇ ਸਾਡੇ ਗਦਰ ਪਾਰਟੀ ਦੇ ਵਿੱਚ ਵੀ ਕੁਝ ਹੈਗੇ ਸੀ, ਕੁਝ ਮਾੜੇ ਅਨਸਰ ਹੈਗੇ ਸੀ ਜਿਨ੍ਹਾਂ ਦੀ ਸੂਹ ਕਾਰਨ, CID ਕਾਰਨ ਜਿਹੜੀ ਆ ਸਾਡੀ ਗਦਰ ਪਾਰਟੀ ਪੂਰੀ, ਜੋ ਇਹਨਾਂ ਦੀ ਵਿਉਂਤ ਸੀਗੀ ਪੂਰੀ ਉੱਥੇ ਉੱਤਰ ਤਾਂ ਨਹੀਂ ਸਕੀ। ਲੇਕਿਨ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਵੀ ਜਿਹੜੀ ਗਦਰ ਪਾਰਟੀ ਨੇ ਜਿਹੜਾ ਹਲੂਣਾ ਅੰਗਰੇਜ਼ਾਂ ਨੂੰ ਦੇਗਾ ਵੀ ਇੱਥੋਂ ਤੱਕ ਹੀ ਪਹੁੰਚ ਸਕਦੇ ਆ। ਬਾਅਦ ਦੇ ਵਿੱਚ ਜਿੱਥਾਂ ਸ਼ਹੀਦ ਭਗਤ ਸਿੰਘ ਹੋਣੀ ਨੌਜਵਾਨ ਅੱਗੇ ਆਏ, ਮੈਂ ਥੋੜ੍ਹਾ ਇਹ ਗੱਲ ਕਹਿਣਾ ਚਾਹੁੰਦਾ, ਜਦੋਂ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਜੀ ਕੈਦ ਸਨ, ਉਦੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਮੁਕੱਦਮਾ ਚਲਾਉਣ ਵਾਸਤੇ ਉੱਥੇ ਲੈ ਕੇ ਆਏ ਸੀਗੇ। ਸਿਆਲ ਦੇ ਦਿਨ ਸੀਗੇ, ਬਾਬਾ ਜੀ ਨੂੰ ਬਾਹਰ ਪਾਰਕ ਦੇ ਵਿੱਚ ਜਦੋਂ ਬਿਠਾਉਂਦੇ ਸੀ ਕੈਦੀਆਂ ਨੂੰ ਕੱਢ ਕੇ, ਅਤੇ ਭਗਤ ਸਿੰਘ ਨੂੰ ਮੌਕਾ ਮਿਲਿਆ ਬਾਬਾ ਜੀ ਪ੍ਰਤੀ ਕੁਝ ਗੱਲਾਂ ਕਰਨ ਦਾ, ਰੋਜ਼ ਬੈਠਣਾ ਬਾਬਾ ਜੀ ਨਾਲ ਗੱਲਾਂ ਹੋਣੀਆਂ। ਇੱਕ ਦਿਨ ਬਾਬੇ ਜੀ ਨੇ ਮਜ਼ਾਕ ਦੇ ਨਾਲ ਭਗਤ ਸਿੰਘ ਨੂੰ ਕਿਹਾ, ਭਗਤ ਸਿੰਘ ਤੁਸੀਂ ਤਾਂ ਨੌਜਵਾਨ ਸੀਗੇ, ਤੁਹਾਡੇ ਹਾਲੀ ਖਾਣ ਪੀਣ ਦੇ ਦਿਨ ਸੀ ਕਿ ਤੁਸੀਂ ਕਿਹੜੇ ਆਜ਼ਾਦੀ ਦੇ ਕੰਮਾਂ ਦੇ ਵਿੱਚ ਪੈ ਗਏ। ਅਤੇ ਭਗਤ ਸਿੰਘ ਨੇ ਹੱਸ ਕੇ ਬਾਬਾ ਜੀ ਨੇ ਕਿਹਾ, ਬਾਬਾ ਜੀ ਇਹ ਸਭ ਕੁਝ ਤੁਹਾਡੇ ਕਾਰਨ ਹੀ ਹੋਇਆ, ਜੇ ਤੁਸੀਂ ਕੁੰਭੀ ਨਰਕ ਵਿੱਚ ਪੈ ਕੇ, ਕਾਲੇ ਪਾਣੀਆਂ ਵਿੱਚ ਪੈ ਕੇ ਸਾਫ਼ ਸੁਰਤ ਨਾ ਨਿਕਲਦੇ ਔਰ ਤੁਸੀਂ ਪ੍ਰੇਰਨਾ ਸਾਨੂੰ ਨਾ ਦਿੰਦੇ, ਹੋ ਸਕਦਾ ਅਸੀਂ ਵੀ ਇਸ ਬੰਨੇ ਨਾ ਆਉਂਦੇ। ਇਹ ਤੋਂ ਇਹ ਵੀ ਸਾਬਤ ਹੁੰਦਾ ਵੀ ਭਗਤ ਸਿੰਘ ਹੋਣੀ ਜਿਹੜੇ ਆ ਬਾਬਾ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਹੋਏ ਜਿਹੜਾ ਦੇਸ਼ ਭਗਤੀ ਦਾ ਜਜ਼ਬਾ ਉਹਨਾਂ ਦੇ ਅੰਦਰ ਹੋਇਆ ਸੀਗਾ। ਇਸ ਸਤੰਭ ਤੋਂ ਇਲਾਵਾ ਇੱਕ ਅਸੀਂ ਉੱਧਰ ਦੇਖ ਰਹੇ ਹਾਂ ਪਿੱਛੇ ਇੱਕ ਬਰਾਂਡਾ ਬਣਿਆ ਹੋਇਆ ਜੀ, ਉਹ ਬਾਬਾ ਜੀ ਨੇ ਇੱਥੇ ਜਿਹੜੀ ਸੜਕ ਇੱਥੋਂ ਦੀ ਲਾਗੋਂ ਦੀ ਲੰਘਦੀ ਆ, ਜਿਹੜੀ ਭਕਨਾ ਕਲਾਂ ਤੋਂ ਅਟਾਰੀ ਬਾਰਡਰ ਨੂੰ ਸਾਡੀ ਲਾਹੌਰ ਨੂੰ ਜਿਹੜੀ ਜਾਂਦੀ ਆ, ਔਰ ਇੱਥੋਂ ਸਿੱਧੀ ਜਿਹੜੀ ਆ ਆਪਣੇ ਝਵਾਲ ਨੂੰ ਚਲੇ ਜਾਂਦੀ ਆ। ਉਹ ਸੜਕ ਦੇ ਉੱਤੇ ਪਹਿਲਾਂ ਇਹ ਸੜਕ ਕੱਚੀ ਹੁੰਦੀ ਸੀ ਔਰ ਅੱਜ ਵਾਂਗੂ ਗੱਡੀਆਂ ਮੋਟਰਾਂ ਤਾਂ ਨਹੀਂ ਜ਼ਿਆਦੀਆਂ ਹੁੰਦੀਆਂ, ਅਤੇ ਰਾਹਗੀਰ ਜ਼ਿਆਦਾ ਕਰਕੇ ਪੈਦਲ ਹੀ ਜਾਂਦੇ ਸੀਗੇ। ਫਿਰ ਇਹ ਇੱਕ ਬਰਾਂਡਾ ਬਣਾਇਆ ਗਿਆ, ਉਹਦੇ ਵਿੱਚ ਬਹਿਣ ਵਾਸਤੇ ਕੁਝ ਆਰਾਮ ਵਾਸਤੇ ਵੀ ਕੁਰਸੀਆਂ ਵੀ ਬਣਾਈਆਂ ਗਈਆਂ, ਅਤੇ ਜਿਹੜੇ ਰਾਹਗੀਰ ਸੀਗੇ ਇੱਥੇ ਇੱਕ ਖੂਹੀ ਵੀ ਲਾਈ ਗਈ, ਅਤੇ ਉੱਥੇ ਜਿਹੜੇ ਮੁਸਾਫਰ ਜਾਂਦੇ ਸੀਗੇ ਇੱਧਰ ਉੱਧਰ ਰੈਸਟ ਕਰਕੇ ਅਤੇ ਫਿਰ ਅੱਗੇ ਨੂੰ ਜਾਂਦੇ ਸੀਗੇ। ਔਰ ਉਸ ਤੋਂ ਇਲਾਵਾ ਬਾਬਾ ਜੀ ਦੇ ਮਤਲਬ ਦੇਖਿਆ ਵੀ ਇਹ ਸਕੂਲ ਲਾਗੇ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਬਾਬਾ ਜੀ ਨੇ ਸਕੂਲ ਬਣਾਇਆ ਸੀਗਾ ਜੀ, ਪਹਿਲਾਂ ਸੀਗਾ ਜਨਤਾ ਹਾਈ ਸਕੂਲ ਜਿਹੜਾ ਅੱਜ ਬਾਬਾ ਸੋਹਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਨਾਲ ਮਸ਼ਹੂਰ ਆ, ਔਰ ਦੇਸ਼ ਵਿਦੇਸ਼ ਦੇ ਵਿੱਚ ਵੀ ਜਿਹੜੇ ਇੱਥੋਂ ਵਿਦਿਆਰਥੀ ਪੜ੍ਹ ਕੇ ਗਏ ਆ ਉਹ ਬਾਬਾ ਜੀ ਦੀ ਸੋਚ 'ਤੇ ਪਹਿਰਾ ਦਿੰਦੇ ਆ। ਔਰ ਇੱਥੇ ਜਿਹੜੇ ਆ ਸਾਲ ਬਾਅਦ ਇੱਥੇ ਕੋਈ ਇੱਕ ਸੰਸਥਾ ਵਾ ਅਮੈਰੀਕਾ ਦੇ ਵਿੱਚ ਗਈ, ਉਹ ਜਿਹੜੇ ਨੌਜਵਾਨ ਇੱਥੋਂ ਪੜ੍ਹ ਕੇ ਗਏ ਸੀਗੇ ਔਰ ਜਿਹੜੇ ਇੱਥੇ ਵਿਦਿਆਰਥੀ ਆ ਉਹਨਾਂ ਦੀ ਮਦਦ ਵਾਸਤੇ ਉਹ ਸਾਲ ਬਾਅਦ ਹੀ ਇੱਥੇ ਵਰਦੀਆਂ ਵਗੈਰਾ ਆਣ ਕੇ ਵੰਡਦੇ ਆ। ਬਾਬਾ ਜੀ ਨੇ ਇਹ ਵੀ ਠੀਕ ਸਮਝਿਆ ਵੀ ਇੱਥੇ ਜਿਹੜਾ ਇਹ ਯਾਦਗਾਰ ਬਣਾਉਣ ਵਾਸਤੇ ਵੀ ਇੱਥੇ ਨੌਜਵਾਨ ਜਿਹੜੇ ਬੱਚੇ ਬੱਚੀਆਂ ਪੜ੍ਹਨਗੇ ਅਤੇ ਜਦੋਂ ਇਸ ਯਾਦਗਾਰ 'ਤੇ ਆਣ ਕੇ ਨਮਸਤਕ ਹੋਣਗੇ ਅਤੇ ਉਹਨਾਂ ਨੂੰ ਇਹ ਸੰਦੇਸ਼ ਜਿਹੜਾ ਵਾ ਇਹ ਮਿਲੂਗਾ ਜੀ। ਉਸ ਤੋਂ ਬਾਅਦ 21 ਦਸੰਬਰ 1968 ਦੇ ਵਿੱਚ ਜਦੋਂ ਬਾਬਾ ਜੀ ਪੂਰੇ ਹੋਏ ਨੇ ਅਤੇ ਫਿਰ ਇਹ ਪਰਿਵਾਰ ਨੇ ਵੀ ਸੋਚਿਆ ਔਰ ਪਾਰਟੀ ਨੇ ਵੀ ਸੋਚਿਆ ਅਤੇ ਜੇ ਬਾਬਾ ਜੀ ਦਾ ਇੱਥੇ ਬੜਾ ਮੋਹ ਸੀਗਾ ਇਸ ਜਗ੍ਹਾ ਨਾਲ ਜਿੱਥੇ ਉਹਨਾਂ ਇਹ ਯਾਦਗਾਰ ਸਥਾਪਿਤ ਕੀਤੀ ਆ ਅਤੇ ਕਿਉਂ ਨਾ ਬਾਬਾ ਜੀ ਦਾ ਸੰਸਕਾਰ ਵੀ ਇੱਥੇ ਕਰ ਦਿੱਤਾ ਜਾਵੇ। ਫਿਰ ਬਾਬਾ ਜੀ ਦਾ ਇੱਥੇ ਸੰਸਕਾਰ ਕਰ ਦਿੱਤਾ ਸੀ ਗਿਆ ਸੀਗਾ। ਸੰਸਕਾਰ ਦੇ ਟਾਈਮ 'ਤੇ ਕਾਫੀ ਇੱਥੇ ਤਾਂ ਖੜ੍ਹਨ ਨੂੰ ਜਗ੍ਹਾ ਨਹੀਂ ਹੈਗੀ, ਹਾਲਾਂਕਿ ਉਸ ਟਾਈਮ 'ਤੇ ਇੰਨੀ ਜ਼ਿਆਦਾ ਪਬਲਿਕ ਨਹੀਂ ਸੀ, ਫਿਰ ਵੀ ਦੂਸਰਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਪਬਲਿਕ ਜਿਹੜੀ ਸੀ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਪਹੁੰਚੀ। ਇਹ ਭਾਅ ਜੀ ਤੁਸੀਂ ਸਾਨੂੰ ਬਾਬਾ ਸੋਹਣ ਸਿੰਘ ਜੀ ਭਗਨਾ ਦੇ ਪਰਿਵਾਰ ਦੇ ਬਾਰੇ, ਸਾਰੇ ਹੋਰ ਜਿਹੜੇ ਮੈਂਬਰ ਆ ਪਰਿਵਾਰ ਦੇ ਉਹਨਾਂ ਬਾਰੇ ਜ਼ਿਆਦਾ ਡਿਟੇਲ ਨਾਲ ਜਾਣਕਾਰੀ ਦਿਓਗੇ? ਹਾਂਜੀ, ਬਾਬਾ ਸੋਹਣ ਸਿੰਘ ਜੀ ਭਕਨਾ ਜਿੱਦਾਂ ਆਪਾਂ ਪਹਿਲਾਂ ਪਿੱਛੇ ਦੱਸ ਚੁੱਕੇ ਹਾਂ ਵੀ ਉਹ ਕਿਲੇ ਵਾਰ ਸੀਗੇ। ਉਹਨਾਂ ਦੀ ਸ਼ਾਦੀ ਹੋਈ ਸੀਗੀ ਬਾਬਾ ਜੀ ਦੀ, ਉਹਨਾਂ ਦੀ ਧਰਮ ਪਤਨੀ ਦਾ ਨਾਂ ਸੀਗਾ ਬੀਬੀ ਬਿਸ਼ਨ ਕੌਰ ਜੀ ਜੀ, ਔਰ ਬਾਬਾ ਜੀ ਦੀ ਅੱਗੋਂ ਕੋਈ ਔਲਾਦ ਨਹੀਂ ਸੀ ਹੋਈ। ਔਰ ਬਾਬਾ ਜੀ ਦੇ ਜਿਸ ਤਰ੍ਹਾਂ ਦੂਸਰਾ ਪਰਿਵਾਰ ਸੀਗਾ ਚਾਚੇ ਤਾਇਆਂ ਵੱਲੋਂ, ਦੋ ਪੀੜ੍ਹੀਆਂ ਜਿਸ ਤਰ੍ਹਾਂ ਚੱਲਦੀਆਂ ਸਟਾਰਟਿੰਗ ਤੋਂ, ਕਿਸੇ ਦੀਆਂ ਦੋ, ਕਿਸੇ ਦੀਆਂ ਤਿੰਨ ਪੀੜ੍ਹੀਆਂ ਚੱਲਦੀਆਂ ਆ ਰਹੀਆਂ, ਬਾਬਾ ਜੀ ਦੀਆਂ ਸਟਾਰਟਿੰਗ ਤੋਂ ਦੋ ਪੀੜ੍ਹੀਆਂ ਜਿਸ ਤਰ੍ਹਾਂ ਚੱਲਦੀਆਂ ਸੀਗੀਆਂ, ਇੱਕ ਦਰ ਸੀਗੀ ਜਿਸ ਤਰ੍ਹਾਂ ਬਾਬਾ ਭਕਨਾ ਜੀ ਜਿੱਥੋਂ ਵਾਰ ਸੀਗੇ, ਦੂਸਰਾ ਪਰਿਵਾਰ ਜਿਸ ਤਰ੍ਹਾਂ ਸਾਡਾ ਪਰਿਵਾਰ ਸੀਗਾ ਉਹਦੇ ਵਿੱਚ ਸਾਡੇ ਦਾਦਾ ਜੀ, ਉਹਨਾਂ ਦੇ ਅੱਗੋਂ ਦੋ ਲੜਕੇ ਸੀਗੇ, ਇੱਕ ਸਾਡੇ ਪਿਤਾ ਜੀ ਔਰ ਇੱਕ ਸਾਡੇ ਤਾਇਆ ਜੀ। ਸਾਡੇ ਤਾਇਆ ਜੀ ਦੀ ਕੁਝ ਸਾਲ ਪਹਿਲਾਂ ਮਤਲਬ ਡੈਥ ਹੋ ਗਈ ਅਤੇ
ਹੁਣ ਬਾਬਾ ਭਕਨਾ ਜੀ ਦੇ ਪਰਿਵਾਰਕ ਜਿਹੜੇ ਵਾਰਸ ਆ ਉਹ ਮੇਰੇ ਪਿਤਾ ਜੀ ਨੇ ਸਰਦਾਰ ਹਜ਼ਾਰਾ ਸਿੰਘ ਜੀ ਗਿੱਲ ਅਤੇ ਜਿਹੜੇ ਸਮਾਜ ਸੇਵੀ ਹੋਣ ਦੇ ਨਾਲ ਨਾਲ ਬਾਬਾ ਜੀ ਦੀ ਸੋਚ 'ਤੇ ਪੂਰਾ ਪਹਿਰਾ ਦਿੰਦੇ ਆ ਰਹੇ ਨੇ ਔਰ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਵੀ ਟੀ ਵੀ ਚੈਨਲ ਵਾਲੇ ਜਾਂ ਇੱਥੇ ਜਿੰਨੇ ਵੀ ਅਖਬਾਰਾਂ ਵਾਲੇ ਜਦੋਂ ਵੀ ਉਹਨਾਂ ਨੂੰ ਕੋਈ ਜਾਣਕਾਰੀ ਦੀ ਜ਼ਰੂਰਤ ਪੈਂਦੀ ਆ ਬਾਬਾ ਜੀ ਪ੍ਰਤੀ ਕੋਈ ਹਿਸਟਰੀ ਜਾਂ ਕਿਸ ਤਰ੍ਹਾਂ ਵੀ ਪਤਾ ਕਰਨ ਦੀ ਉਹ ਪੁੱਛ ਕੇ ਫਿਰ ਉਹਨਾਂ ਨੂੰ ਕਿਉਂਕਿ ਪਿਤਾ ਜੀ ਨੂੰ ਇਹ ਸਾਰਾ ਪਤਾ ਬਚਪਨ ਦੇ ਵਿੱਚ ਪਿਤਾ ਜੀ ਦੱਸਦੇ ਆ ਵੀ ਅਸੀਂ ਛੋਟੇ ਹੁੰਦੇ ਬਾਬਾ ਜੀ ਦੀ ਗੋਦ ਵਿੱਚ ਖੇਡੇ ਹਾਂ ਔਰ ਬਾਬਾ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੇਮ ਕਰਦੇ ਹੁੰਦੇ ਸੀਗੇ ਬਾਬਾ ਜੀ ਦਾ ਸੁਭਾਅ ਥੋੜ੍ਹਾ ਬੱਚਿਆਂ ਪ੍ਰਤੀ ਸਖਤ ਜ਼ਰੂਰ ਸੀਗਾ ਲੇਕਿਨ ਦਿਲ ਦੇ ਬਹੁਤ ਕੋਮਲ ਸੀਗੇ ਔਰ ਬਾਬਾ ਜੀ ਨੇ ਹਮੇਸ਼ਾ ਹੀ ਇੱਕ ਗੱਲ ਕਹਿੰਦੇ ਸੀ ਪਿਤਾ ਜੀ ਕਹਿੰਦੇ ਹੁੰਦੇ ਆ ਉਹ ਸਾਨੂੰ ਹਮੇਸ਼ਾ ਇੱਕ ਗੱਲ ਕਹਿੰਦੇ ਸੀ ਵੀ ਬੱਚਿਓ ਤੁਸੀਂ ਜ਼ਿੰਦਗੀ ਜੀਣੀ ਆ ਔਰ ਹੱਕ ਦੇ ਨਾਲ ਜੀਣੀ ਆ ਕਦੀ ਕਿਸੇ ਦਾ ਹੱਕ ਨਹੀਂ ਮਾਰਨਾ ਔਰ ਮਿਹਨਤ ਕਰਨੀ ਆ ਕਦੀ ਵੀ ਇਹੋ ਜਿਹਾ ਕੰਮ ਨਾ ਕਰੋ ਕਿ ਸਾਡਾ ਨਾਂ ਜਿਹੜਾ ਕਲੰਕਿਤ ਹੋਵੇ ਹੱਕ ਦੀ ਸਾਨੂੰ ਅੱਧੀ ਖਾ ਲੈਣੀ ਮਨਜ਼ੂਰ ਆ ਲੇਕਿਨ ਹੱਕ ਦੀ ਖਾਓ ਕਦੇ ਵੀ ਦੋ ਨੰਬਰ ਦਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਤੁਸੀਂ ਧੰਦਾ ਨਹੀਂ ਕਰਨਾ ਆਪਣੀ ਕਿਉਂਕਿ ਬਾਬਾ ਜੀ ਨੇ ਆਪਣੀ ਕਿਰਤ ਕਮਾਈ ਕੀਤੀ ਸੀਗੀ ਪਿਤਾ ਜੀ ਦੱਸਦੇ ਨੇ ਵੀ ਇੱਕ ਟਾਈਮ ਸੀਗਾ ਬਾਬਾ ਜੀ ਕੋਲ ਤਿੰਨ ਲੜਕੀਆਂ ਆਈਆਂ ਸੀਗਾ ਜਿਨ੍ਹਾਂ ਦੇ ਵਿੱਚ ਬਿਮਲਾ ਡਾਂਗ ਜੀ ਸੀਗੇ ਇੱਕ ਜਿਨ੍ਹਾਂ ਦੇ ਪਿੱਛੇ ਜੇ ਆਪਣੇ ਸਤਪਾਲ ਡਾਂਗ ਜੀ ਵੀ ਪੂਰੇ ਹੋ ਗਏ ਨੇ ਉਹਨਾਂ ਦੇ ਜਿਹੜੇ ਪਤੀ ਸੀਗੇ ਉਹ ਕਹਿੰਦੇ ਵੀ ਤਿੰਨ ਲੜਕੀਆਂ ਬਾਬਾ ਜੀ ਕੋਲ ਆਈਆਂ ਕੋਈ ਚੰਦਾ ਲੈਣ ਵਾਸਤੇ ਅਤੇ ਬਾਬਾ ਜੀ ਨੇ ਆਖਿਆ ਵੀ ਸਾਡੇ ਕੋਲ ਪੈਸਾ ਤਾਂ ਕੋਈ ਨਹੀਂ ਜੀ ਹੈਗਾ ਇਹ ਸਾਡੇ ਕੋਲ ਜ਼ਮੀਨ ਆ ਸੜਕ ਤੋਂ ਪਾਰ ਤੁਹਾਨੂੰ ਇੱਕ ਕਿੱਲਾ ਦੇ ਦਿੰਦੇ ਹਾਂ ਉਹਦੇ 'ਤੇ ਤੁਸੀਂ ਮਿਹਨਤ ਕਰੋ ਮਿਹਨਤ ਕਰਕੇ ਉਹਦੇ ਵਿੱਚ ਝੋਨਾ ਲਾਓ ਮਿਹਨਤ ਕਰਕੇ ਜਿੰਨਾ ਉਹਦੀ ਫਸਲ ਨਿਕਲਦੀ ਆ ਉਹਨੂੰ ਤੁਸੀਂ ਮੰਡੀ ਦੇ ਵਿੱਚ ਵੇਚ ਕੇ ਕਿਸੇ ਵਪਾਰੀ ਨੂੰ ਵੇਚ ਕੇ ਉਹਦੀ ਆਮਦਨ ਜਿਹੜੀ ਆ ਤੁਸੀਂ ਚੰਦੇ ਦੇ ਰੂਪ ਦੇ ਵਿੱਚ ਲੈ ਜਾਓ ਪਿਤਾ ਜੀ ਦੱਸਦੇ ਆ ਫਿਰ ਇਸ ਤਰ੍ਹਾਂ ਹੀ ਉਹਨਾਂ ਕੀਤਾ ਉਹਨਾਂ ਤਿੰਨਾਂ ਲੜਕੀਆਂ ਨੇ ਆਪ ਉਦੋਂ ਝੋਨੇ ਦਾ ਸੀਜ਼ਨ ਸੀਗਾ ਉਹਨਾਂ ਆਪ ਫਿਰ ਝੋਨਾ ਉੱਥੇ ਲੇਬਰ ਤੌਰ 'ਤੇ ਝੋਨਾ ਉਹਨਾਂ ਲਾਇਆ ਔਰ ਜਦ ਤੱਕ ਮਤਲਬ ਫਸਲ ਉਹ ਤਿਆਰ ਹੁੰਦੀ ਆ ਉਹਨਾਂ ਚਿਰ ਤੱਕ ਉਹ ਲੜਕੀਆਂ ਬਾਬਾ ਜੀ ਦੇ ਕੋਲ ਰਹੀਆਂ ਉਹਨਾਂ ਦੇ ਬਾਬਾ ਜੀ ਦੇ ਨਾਲ ਰਲ ਕੇ ਉਹਨਾਂ ਦੀ ਸੋਚ 'ਤੇ ਪੂਰਾ ਪਹਿਰਾ ਦੇ ਕੇ ਲਾਗਲੇ ਪਿੰਡਾਂ ਦੇ ਵਿੱਚ ਜਾਂਦੇ ਸੀਗੇ ਜਿਸ ਤਰ੍ਹਾਂ ਉਹਨਾਂ ਬੱਚਿਆਂ ਨੂੰ ਪੜ੍ਹਾਉਣਾ ਕਿਉਂਕਿ ਪੜ੍ਹੀਆਂ ਲਿਖੀਆਂ ਸੀਗੀਆਂ ਤਿੰਨੇ ਹੀ ਲੜਕੀਆਂ ਉਹਨਾਂ ਸਮਾਜ ਸੇਵਾ ਕਰਨਾ ਪਿੰਡਾਂ ਦੀਆਂ ਔਰਤਾਂ ਦੇ ਨਾਲ ਉਹਨਾਂ ਜਿਹੜਾ ਵਾ ਸਮਾਜ ਸੇਵਾ ਦਾ ਕੰਮ ਕਰਨਾ ਉਹਨਾਂ ਨੂੰ ਸਿੱਧੇ ਰਾਹ ਪਾਉਣਾ ਸਿਲਾਈ ਸਿਖਾਉਣੀ ਅਤੇ ਬੱਚਿਆਂ ਨੂੰ ਪੜ੍ਹਾਉਣਾ ਅਤੇ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਸੀ ਬਾਬਾ ਭਕਨਾ ਜੀ ਗਾਂ ਜਿਹੜਾ ਉਹਨਾਂ ਦਾ ਪਰਿਵਾਰ ਆ ਹਾਲੇ ਤੱਕ ਤਾਂ ਬਾਬਾ ਭਕਨਾ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਾ ਪਿਆ ਔਰ ਅਸੀਂ ਆਸ ਕਰਦੇ ਹਾਂ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਇਸ ਤਰ੍ਹਾਂ ਹੀ ਸਮਾਜ ਸੇਵਾ ਅਸੀਂ ਬਿਨਾਂ ਕਿਸੇ ਲਾਲਚ ਤੋਂ ਅਸੀਂ ਕਰਦੇ ਆਵਾਂਗੇ ਕਿਉਂਕਿ ਬਾਬਾ ਸੋਹਣ ਸਿੰਘ ਜੀ ਭਕਨਾ ਜਦੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇੱਥੇ ਆਏ ਆਪਣੇ ਪਿੰਡ ਕਿਉਂਕਿ ਬਾਕੀ ਦੀ ਜ਼ਿੰਦਗੀ ਜਿਹੜੀ ਉਹਨਾਂ ਇੱਥੇ ਹੀ ਆਪਣੇ ਭਕਨੇ ਪਿੰਡ ਦੇ ਵਿੱਚ ਇਹ ਬਾਹਰ ਸਕੂਲ ਦੇ ਲਾਗੇ ਜਿਹੜਾ ਡੇਰਾ ਬਣਿਆ ਹੋਇਆ ਹੈ ਉੱਥੇ ਬਤੀਤ ਕੀਤੀ ਇੱਕ ਸਰਕਾਰੀ ਵਫਦ ਉਦੋਂ ਬਾਬਾ ਜੀ ਨੂੰ ਮਿਲਣ ਵਾਸਤੇ ਆਇਆ ਉਹਨਾਂ ਬਾਬੇ ਜੀ ਨੂੰ ਬੇਨਤੀ ਕੀਤੀ ਵੀ ਅਸੀਂ ਸਰਕਾਰ ਦੇ ਭੇਜੇ ਹੋਏ ਨੁਮਾਇੰਦੇ ਹਾਂ ਦੇਸ਼ ਆਜ਼ਾਦ ਤੋਂ ਬਾਅਦ ਅਤੇ ਤੁਸੀਂ ਆਪਣਾ ਕੋਈ ਸ਼ਨਾਖਤ ਤੌਰ 'ਤੇ ਸਾਨੂੰ ਕੁਝ ਦਿਓ ਜਿਸ ਤਰ੍ਹਾਂ ਰਾਸ਼ਨ ਕਾਰਡ ਵਗੈਰਾ ਅਤੇ ਤੁਹਾਡੀ ਜਿਹੜੀ ਆ ਉਹ ਦੇਸ਼ ਭਗਤੀ ਪ੍ਰਤੀ ਕੀਤੀਆਂ ਹੋਈਆਂ ਸੇਵਾਵਾਂ ਪ੍ਰਤੀ ਜਿਹੜੀ ਤੁਹਾਡੀ ਉਹ ਪੈਨਸ਼ਨ ਜਿਹੜੀ ਅਸੀਂ ਸਰਕਾਰ ਲਾਈ ਜਾਊਗੀ ਮਹੀਨੇ ਬਾਅਦ ਤੁਹਾਨੂੰ ਜਿਹੜਾ ਪੈਨਸ਼ਨ ਦੇ ਰੂਪ ਦੇ ਵਿੱਚ ਸਹਾਇਤਾ ਜਿਹੜੀ ਮਿਲਿਆ ਕਰੂਗੀ ਬਾਬਾ ਭਕਨਾ ਜੀ ਨੇ ਫਿਰ ਉਹਨਾਂ ਨੂੰ ਜਵਾਬ ਦੇ ਦਿੱਤਾ ਕਹਿੰਦੇ ਵੀ ਜੇ ਅਸੀਂ ਦੇਸ਼ ਦੀ ਸੇਵਾ ਕੀਤੀ ਆ ਦੇਸ਼ ਨੂੰ ਆਜ਼ਾਦ ਕਰਾਇਆ ਔਰ ਦੇਸ਼ ਭਗਤਾਂ ਨੇ ਜਿੰਨੀ ਵੀ ਆਪਣੀ ਪੂਰੀ ਜ਼ਿੰਦਗੀ ਦੇਸ਼ ਤੋਂ ਮਾਰ ਦਿੱਤੀ ਆ ਬਿਨਾਂ ਸਾਨੂੰ ਕੋਈ ਇਹਦੇ ਵਿੱਚ ਲਾਲਚ ਨਹੀਂ ਗਾ ਅਸੀਂ ਇਹ ਲਾਲਚ ਵਾਸਤੇ ਨਹੀਂ ਕੀਤੀ ਵੀ ਅਸੀਂ ਫੌਜ 'ਚ ਰਿਟਾਇਰ ਹੋ ਕੇ ਪੈਨਸ਼ਨ ਲਈਏ ਅਤੇ ਮੈਂ ਇਹਨਾਂ ਹੱਥੀਂ ਮਿਹਨਤ ਕਰ ਲੂੰਗਾ ਇੰਨੀ ਕੁ ਜ਼ਮੀਨ ਮੇਰੇ ਕੋਲ ਹੈਗੀ ਆ ਉੱਥੇ ਹਲ ਵਗਾ ਕੇ ਜਿੰਨਾ ਕੁ ਚਿਰ ਮੇਰਾ ਸਰੀਰ ਅਰੋਗ ਆ ਅਤੇ ਮੈਂ ਸਰਕਾਰੀ ਸਹਾਇਤਾ ਮੈਨੂੰ ਕੋਈ ਨਹੀਂ ਚਾਹੀਦੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੋਂ ਅੱਜ ਵੀ ਅਸੀਂ ਵੀ ਚੱਲਦੇ ਹਾਂ ਹਾਲੀ ਤੱਕ ਅਸੀਂ ਬਾਬਾ ਜੀ ਦੇ ਪਰਿਵਾਰਕ ਤੌਰ 'ਤੇ ਕਦੀ ਵੀ ਸਰਕਾਰ ਅੱਗੇ ਹੱਥ ਨਹੀਂ ਉਡਾਏ ਵੀ ਅਸੀਂ ਕੋਈ ਸਰਟੀਫਿਕੇਟ ਲੈ ਕੇ ਜਾਈਏ ਵੀ ਸਾਨੂੰ ਕੋਈ ਨੌਕਰੀ ਦਿਓ ਜੇ ਸਾਡੇ ਅੰਦਰ ਕੋਈ ਜਜ਼ਬਾ ਹੈ ਆ ਦੇਸ਼ ਦੀ ਸੇਵਾ ਕਰਨ ਦਾ ਅਸੀਂ ਆਪਣੇ ਬਲਬੁੱਤੇ 'ਤੇ ਜਿਹੜਾ ਵਾ ਉਹ ਦੇਸ਼ ਦੇ ਉੱਤੇ ਜਿਸ ਤਰ੍ਹਾਂ ਵੀ ਹੋ ਸਕੇ ਅਸੀਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਹਾਂ ਔਰ ਬਾਬਾ ਜੀ ਦੀ ਸੋਚ 'ਤੇ ਅਸੀਂ ਪੂਰਾ ਉਹਨਾਂ ਦਾ ਪਰਿਵਾਰ ਪਹਿਰਾ ਦੇ ਰਹੇ ਹਾਂ ਅਤੇ ਭਾਈ ਸਾਹਿਬ ਜਿਹੜੀ ਇਹ ਜਗ੍ਹਾ ਆਪਾਂ ਜਿੱਥੇ ਖੜ੍ਹੇ ਹਾਂ ਇਸ ਯਾਦਗਾਰ ਦੀ ਇਹਦੀ ਫਿਰ ਸੇਵਾ ਸੰਭਾਲ ਕੌਣ ਕਰ ਰਿਹਾ ਜੀ ਇਹਦੀ ਸੇਵਾ ਸੰਭਾਲ ਜਿੰਨੀ ਵੀ ਆ ਇਹ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਔਰ ਮੈਂ ਇੱਕ ਜਗਬਾਣੀ ਦਾ ਪੱਤਰਕਾਰ ਹੋਣ ਦੇ ਨਾਤੇ ਕਈ ਵਾਰ ਅਖਬਾਰ ਦੇ ਵਿੱਚ ਇਹ ਲੇਖ ਵੀ ਲਿਖ ਚੁੱਕੀ ਹਾਂ ਇਹਨਾਂ ਸਰਕਾਰਾਂ ਨੂੰ ਜਿਹੜੀਆਂ ਬਾਬਾ ਜੀ ਪ੍ਰਤੀ ਕੀਤੀਆਂ ਹੋਈਆਂ ਕੁਰਬਾਨੀਆਂ ਪ੍ਰਤੀ ਜਿਹੜੀ ਦੇਸ਼ ਭਗਤੀ ਪ੍ਰਤੀ ਜਿਹੜਾ ਦੇਸ਼ ਸਾਡਾ ਆਜ਼ਾਦ ਹੋਇਆ ਔਰ ਨਿੱਘੀ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਜਿਹੜਾ ਨਿੱਘ ਇਹ ਸਰਕਾਰਾਂ ਅੱਜ ਕੁਰਸੀ ਦਾ ਨਿੱਘ ਮਾਣ ਰਹੀਆਂ ਲੇਕਿਨ ਇਹ ਸਰਕਾਰਾਂ ਭੁੱਲ ਚੁੱਕੀਆਂ ਵੀ ਇਹਦੇ ਮਗਰ ਸਾਨੂੰ ਆਜ਼ਾਦੀ ਦੇਣ ਵਾਲੇ ਕੌਣ ਸੀਗੇ ਉਹ ਗਦਰੀ ਬਾਬੇ ਉਹਨਾਂ ਨੂੰ ਕਈ ਵਾਰਾਂ ਅਸੀਂ ਅਖਬਾਰਾਂ ਤੌਰ 'ਤੇ ਵੀ ਨਿੱਜੀ ਤੌਰ 'ਤੇ ਵੀ ਬਾਬਾ ਜੀ ਪ੍ਰਤੀ ਕੁਛ ਕਰਨ ਵਾਸਤੇ
ਇਹਨਾਂ ਦੀ ਸੁੰਦਰ ਮਤਲਬ ਜਿਹੜੀ ਆ ਯਾਦਗਾਰ ਬਣਾਉਣ ਵਾਸਤੇ ਬਾਬਾ ਸੋਹਣ ਸਿੰਘ ਜੀ ਭਕਨਾ ਦਾ ਬੁੱਤ ਜਿਹੜਾ ਵਾ ਅਟਾਰੀ ਬਾਰਡਰ ਜਿਹੜਾ ਰੋਡ ਆ ਖਾਸੇ ਦੇ ਚੌਂਕ ਦੇ ਵਿੱਚ ਲਾਉਣ ਵਾਸਤੇ ਅਸੀਂ ਲਿਖਤੀ ਤੌਰ 'ਤੇ DC ਸਾਹਿਬ ਨੂੰ ਉੱਪਰ ਬਾਦਲ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਜਿਹੜੀਆਂ ਵੀ ਸਮੇਂ ਦੀਆਂ ਸਰਕਾਰਾਂ ਆਈਆਂ ਉਹਨਾਂ ਨੂੰ ਕਹਿ ਚੁੱਕੇ ਹਾਂ, ਲੇਕਿਨ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਪਹੁੰਚ ਨਹੀਂ ਕੀਤੀ। ਔਰ ਬਾਬਾ ਜੀ ਦਾ ਕੋਈ ਯਾਦਗਾਰ ਇਸ ਤੋਂ ਇਲਾਵਾ ਕੋਈ ਜਿਸ ਤਰ੍ਹਾਂ ਅੰਤਰਰਾਸ਼ਟਰੀ ਮਾਰਗ ਆ ਅਟਾਰੀ ਰੋਡ, ਸਾਰੇ ਇਲਾਕੇ ਦੀ ਵੀ ਇਹੀ ਮੰਗ ਸੀ ਕਿ ਵੀ ਬਾਬਾ ਭਕਨਾ ਜੀ ਦਾ ਬੁੱਤ ਜਿਹੜਾ ਵਾ ਉੱਥੇ ਚੌਂਕ 'ਚ ਲਾਇਆ ਜਾਵੇ, ਕਿਉਂਕਿ ਜਿਹੜੇ ਬਾਹਰੋਂ ਬਾਰਡਰ ਨੂੰ ਵੇਖਣ ਵਾਲੇ ਸੈਲਾਨੀ ਬਾਹਰੋਂ ਆਉਂਦੇ ਆ ਉਹ ਬਾਬਾ ਜੀ ਬਾਰੇ ਜਾਣ ਸਕਣ ਵੀ ਇਹ ਬੁੱਤ ਕਿਹਦਾ ਲੱਗਾ ਹੋਇਆ, ਬਾਬਾ ਜੀ ਕੌਣ ਸਨ, ਜਿਨ੍ਹਾਂ ਨੂੰ ਇੱਥੇ ਜਾਣਕਾਰੀ ਮਿਲ ਸਕੇ। ਲੇਕਿਨ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਜਿਹੜਾ ਵਾ ਉਹ ਇਹ ਹੀਲਾ ਨਹੀਂ ਕੀਤਾ ਵੀ ਬਾਬਾ ਜੀ ਦਾ ਉੱਥੇ ਬੁੱਤ ਲਾਇਆ ਜਾਵੇ ਜਾਂ ਕੋਈ ਬਾਬਾ ਜੀ ਦੇ ਨਾਂ 'ਤੇ ਇੰਜੀਨੀਅਰਿੰਗ ਕਾਲਜ ਬਣਾਇਆ ਜਾਵੇ। ਬਾਬਾ ਜੀ ਵੱਲੋਂ ਆਪ ਸਥਾਪਿਤ ਕੀਤਾ ਜਨਤਾ ਹਾਈ ਸਕੂਲ ਜਿਹੜਾ ਅੱਜ ਉਹੀ ਚੱਲ ਰਿਹਾ ਬਾਬਾ ਜੀ ਦੇ ਨਾਂ 'ਤੇ, ਉਸ ਤੋਂ ਇਲਾਵਾ ਸਰਕਾਰਾਂ ਵੱਲੋਂ ਕੋਈ ਵੀ ਮਤਲਬ ਸਕੂਲ ਜਾਂ ਕਾਲਜ ਜਾਂ ਕੋਈ ਵੀ ਇਹੋ ਜਿਹੀ ਸੰਸਥਾ ਨਹੀਂ ਬਣਾਈ ਗਈ ਜਿਹਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਬਾਬਾ ਜੀ ਦੇ ਮਤਲਬ ਪਾਏ ਹੋਏ ਪੂਰਨਿਆਂ 'ਤੇ ਚੱਲਣ ਕਰਕੇ ਉੱਥੋਂ ਵੱਧ ਤੋਂ ਵੱਧ ਜਾਣਕਾਰੀ ਲੈ ਸਕਣ। ਔਰ ਇਹਦੀ ਯਾਦਗਾਰ ਦੀ ਜਿਹੜੀ ਹੈਗੀ ਆ ਸਾਂਭ ਸੰਭਾਲ ਉਹ ਬਾਬਾ ਜੀ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਆ। ਔਰ ਸਾਲ ਬਾਅਦ 4 ਜਨਵਰੀ ਨੂੰ ਬਾਬਾ ਜੀ ਦੇ ਇਸੇ ਯਾਦਗਾਰ 'ਤੇ ਇੱਥੇ ਬਾਬਾ ਜੀ ਦੀ ਸਮਾਧ ਦੇ ਉੱਤੇ ਜਿਹੜਾ ਵਾ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਵਾ, ਉਹ ਬਾਬਾ ਜੀ ਦੇ ਪਰਿਵਾਰ ਵੱਲੋਂ ਅਤੇ CPI ਪਾਰਟੀ ਵੱਲੋਂ ਅਤੇ ਸਮੂਹ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਦਿਹਾੜਾ ਇੱਥੇ ਮਨਾਇਆ ਜਾਂਦਾ ਵਾ। ਇੱਥੇ ਪਹਿਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ, ਉਪਰੰਤ ਸਕੂਲ ਦੀ ਗਰਾਊਂਡ ਵਿੱਚ ਸਿਆਸੀ ਕਾਨਫਰੰਸ ਜਿਹੜੀ ਆ ਇਨਕਲਾਬੀ ਡਰਾਮੇ ਉੱਥੇ ਖੇਡੇ ਜਾਂਦੇ ਆ ਕਮਿਊਨਿਸਟ ਪਾਰਟੀ ਵੱਲੋਂ। ਇੱਕ ਭਾਈ ਸਾਹਿਬ ਮੈਂ ਆਪ ਜੀ ਤੋਂ ਹੋਰ ਗੱਲ ਪੁੱਛਣੀ ਚਾਹੁੰਦਾ, ਮੈਂ ਪੜ੍ਹਿਆ ਸੀਗਾ ਇੱਕ ਕਿਤਾਬ ਦੇ ਵਿੱਚ ਕਿ ਬਾਬਾ ਜੀ ਨੇ ਇੱਕ ਛੋਟੀ ਜਿਹੀ ਬੱਚੀ ਗੋਦ ਲਈ ਸੀਗੀ। ਹਾਂਜੀ, ਅਤੇ ਉਹ ਬੱਚੀ ਦੇ ਪਰਿਵਾਰ ਬਾਰੇ ਜਾਂ ਉਹਦੇ ਬਾਰੇ ਕੋਈ ਜਾਣਕਾਰੀ ਹੈ? ਹਾਂਜੀ, ਅਸੀਂ ਵੀ ਪਿਤਾ ਜੀ ਕੋਲ ਸੁਣਦੇ ਸੀਗੇ ਵੀ ਉਹਨਾਂ ਮਤਲਬ ਲੜਕੀ ਗੋਦ ਲਈ ਸੀ, ਉਹਨੂੰ ਜਵਾਨ ਕੀਤਾ ਸੀਗਾ, ਫਿਰ ਉਹਦੀ ਸ਼ਾਦੀ ਕਰ ਦਿੱਤੀ ਸੀਗੀ। ਉਹ ਲੜਕੀ ਇਸ ਵਕਤ ਜਿਹੜੀ ਆ ਉਹ ਮਤਲਬ ਇੱਥੋਂ ਭਕਨੇ ਤੋਂ ਰਿਮੂਵ ਕਰਕੇ ਜਾ ਚੁੱਕੇ ਆ ਜੀ, ਅਤੇ ਨਾ ਹੀ ਹਾਲੇ ਤੱਕ ਉਹ ਬਾਅਦ ਦੇ ਵਿੱਚ ਇੱਥੇ ਆਏ ਨੇ, ਅਤੇ ਉਹਨਾਂ ਬਾਰੇ ਇੰਨਾ ਜਾਣਕਾਰੀ ਨਹੀਂ ਵੀ ਉਹ ਇਸ ਵਕਤ ਕਿੱਥੇ ਨੇ। ਹਾਂਜੀ, ਠੀਕ ਹੈ ਜੀ, ਜ਼ਰੂਰ ਜੀ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਗਦਰੀ ਦੇਸ਼ ਭਗਤ ਹੋਏ ਹਨ, ਹੋਰ ਵੀ ਦੇਸ਼ ਭਗਤ ਹੋਏ ਹਨ, ਅਤੇ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਵਾ ਉਹ ਵੱਧ ਤੋਂ ਵੱਧ ਬਣਨੀਆਂ ਚਾਹੀਦੀਆਂ। ਜੇ ਇਸ ਤਰ੍ਹਾਂ ਅੰਤਰਰਾਸ਼ਟਰੀ ਜਿਹੜੀ ਸੜਕ ਹੈ ਜਿਹੜੀ ਵਾਹਗਾ ਬਾਰਡਰ ਨੂੰ ਜਾਂਦੀ ਹੈ, ਉਸ 'ਤੇ ਵੀ ਜੇ ਬਾਬਾ ਜੀ ਦੀ ਯਾਦਗਾਰ ਬਣੇ, ਤਾਂ ਵਾਕਈ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਜਾਂ ਬਾਹਰਲੀਆਂ ਸਟੇਟਾਂ ਤੋਂ ਲੋਕ ਵੀ ਬਾਰਡਰ ਦੇਖਣ ਵਾਸਤੇ ਆਉਂਦੇ ਹਨ, ਜਾਂ ਇਹ ਜ਼ਮੀਨੀ ਰਸਤੇ ਰਾਹੀਂ ਲੋਕ ਪਾਕਿਸਤਾਨ ਨੂੰ ਵੀ ਜਾਂਦੇ ਹਨ, ਤਾਂ ਉਹਨਾਂ ਨੂੰ ਵੀ ਇਤਿਹਾਸ ਬਾਰੇ ਜਿਹੜਾ ਜਾਣਨ ਦਾ ਮੌਕਾ ਮਿਲ ਸਕਦਾ। ਸਰਕਾਰਾਂ ਨੂੰ ਚਾਹੀਦਾ ਕਿ ਦੇਸ਼ ਭਗਤਾਂ ਦੀਆਂ ਵੱਧ ਤੋਂ ਵੱਧ ਯਾਦਗਾਰਾਂ ਬਣਾਈਆਂ ਜਾਣ, ਤਾਂ ਕਿ ਜਿਹੜੇ ਆਪਣੇ ਨੌਜਵਾਨ ਆ ਆਪਣੇ ਵਿਰਸੇ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਅਤੇ ਉਹਨਾਂ ਨੂੰ ਪਿਛੋਕੜ ਇਤਿਹਾਸ ਦੇ ਨਾਲ ਜਿਹੜਾ ਜੁੜਨਾ ਚਾਹੀਦਾ। ਬਹੁਤ ਸਾਰੀਆਂ ਜਿਹੜੀਆਂ ਇਸ ਵੇਲੇ ਸਮਾਜ ਦੇ ਵਿੱਚ ਕ੍ਰੀਤੀਆਂ ਵਾ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਕਾਰਨ ਆ ਕਿ ਜਿਹੜੇ ਅੱਜ ਦੇ ਨੌਜਵਾਨ ਆ ਉਹਨਾਂ ਨੂੰ ਆਪਦਾ ਜਿਹੜਾ ਇਤਿਹਾਸਿਕ ਪਿਛੋਕੜ ਆ ਅਤੇ ਜਾਂ ਜਿਹੜਾ ਸਾਡਾ ਵਿਰਸਾ ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ, ਅਤੇ ਵੈਸੇ ਵੀ ਇਸ ਵੇਲੇ ਲੋੜ ਆ ਕਿ ਪੰਜਾਬ ਦੀ ਜਵਾਨੀ ਨੂੰ ਵੱਧ ਤੋਂ ਵੱਧ ਆਪਦੇ ਵਿਰਸੇ ਦੇ ਨਾਲ ਆਪਦੇ ਇਤਿਹਾਸ ਦੇ ਨਾਲ ਜੁੜਿਆ ਜਾਵੇ, ਅਤੇ ਹੋ ਸਕਦਾ ਹੈ ਜਿਹੜੀਆਂ ਸਮਾਜ ਦੇ ਵਿੱਚ ਕ੍ਰੀਤੀਆਂ ਚੱਲ ਰਹੀਆਂ ਹਨ ਉਹ ਕੁਝ ਹੱਦ ਤੱਕ ਜਿਹੜੀਆਂ ਘੱਟ ਜਾਣ। ਬਿਲਕੁਲ ਜੀ, ਜੋ ਬਾਬਾ ਜੀ ਨੇ ਲਿਖਿਆ ਜੇ ਆਪਾਂ ਕਹੀਏ ਦੇਸ਼ ਨੂੰ ਪੂਰਨ ਆਜ਼ਾਦੀ ਬਰਾਬਰੀ ਦਾ ਰਾਹ ਵਿਖਾਉਣ ਵਾਲੀ ਪਹਿਲੀ ਪਾਰਟੀ ਕਿਹੜੀ ਹੈ, ਉਹ ਹੈ ਗਦਰ ਪਾਰਟੀ, ਜਿਹਦੀ 9 ਮਾਰਚ 1914 ਦੇ ਵਿੱਚ ਜਿਹੜਾ ਪਹਿਲਾ ਮਤਾ ਪਾਸ ਹੋਇਆ। ਹਿੰਦੀ ਮਿਹਨਤਕਸ਼ਾਂ, ਹਿੰਦੀ ਜਲਾ ਵਤਨ ਅਤੇ ਦੇਸ਼ ਭਗਤਾਂ ਅਤੇ ਹਿੰਦੀ ਵਿਦਿਆਰਥੀਆਂ ਦੀ ਮਿਲਵੀ ਕੋਸ਼ਿਸ਼ ਦੇ ਸਿੱਟੇ ਵਜੋਂ ਹੋਂਦ ਵਿੱਚ ਆਈ, ਜਿਸ ਨੇ ਗੁਲਾਮੀ ਦੇ ਖਿਲਾਫ ਅਤੇ ਆਜ਼ਾਦੀ ਦੇ ਹੱਕ ਵਿੱਚ ਜਿਹੜਾ ਝੰਡਾ ਚੁੱਕਿਆ। ਸੈਂਕੜੇ ਸ਼ਹੀਦਾਂ ਦੀਆਂ ਨੇ ਕੁਰਬਾਨੀਆਂ ਦਿੱਤੀਆਂ, ਸੈਂਕੜੇ ਦੇਸ਼ ਭਗਤ ਕਾਲੇ ਪਾਣੀਆਂ ਅਤੇ ਕੁੰਭੀ ਨਰਕ ਵਿੱਚ ਉਮਰਾਂ ਲਈ ਸੁੱਟੇ ਗਏ। ਗਦਰ ਪਾਰਟੀ ਨੂੰ ਪੂਰਨ ਕਾਮਯਾਬੀ ਨਾ ਹੋਈ, ਪਰ ਇਸ ਪਾਰਟੀ ਨੇ ਗੁਲਾਮੀ ਦੇ ਅਸਰ ਨਾਲ ਨਿਡਾਲ ਹੋਈ ਹਿੰਦੀ ਜਨਤਾ ਦੇ ਖੂਨ ਵਿੱਚ ਨਵੀਂ ਆਜ਼ਾਦੀ ਦੀ ਰੂਹ ਫੂਕ ਦਿੱਤੀ, ਜਿਹਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ ਅਤੇ ਤਾਰੀਖ ਵਿੱਚ ਆਜ਼ਾਦੀ ਦੇ ਇੱਕ ਹੋਰ ਕਾਂਡ ਦਾ ਵਰਤਮਾਨ ਅਤੇ ਆਉਣ ਵਾਲੀਆਂ ਨਸਲਾਂ ਲਈ ਵਾਧਾ ਕਰ ਦਿੱਤਾ ਹੈ। ਜਿਹੜੇ ਹੇਠ ਲਿਖੇ ਨਾਅਰੇ ਸੀ ਜਿਹੜੇ ਪਾਰਟੀ ਦੇ ਨਿਯਮਾਂ ਦੇ ਵਿੱਚੋਂ ਸਨ, ਜਿੱਥੇ ਲਿਖਿਆ ਏਕਤਾ ਦਾ ਫਲ, ਸ਼ਕਤੀ ਅਤੇ ਸੁਤੰਤਰਤਾ ਆਜ਼ਾਦੀ, ਅਨੇਕਤਾ ਦਾ ਸਿੱਟਾ, ਦੁਰਲਭਤਾ ਅਤੇ ਪਰਤੰਤਰਤਾ ਭਾਵ ਗੁਲਾਮੀ, ਏਕਤਾ ਦਾ ਮੂਲ ਸਮਾਜਵਾਦ, ਅਨੇਕਤਾ ਦਾ ਮੂਲ ਸਾਮਰਾਜਵਾਦ, ਨੌਜਵਾਨੋ ਉੱਠੋ, ਯੁੱਗ ਪਲਟ ਰਿਹਾ ਹੈ, ਆਪਣੇ ਕਰਤੱਵ ਨੂੰ ਪੂਰਾ ਕਰੋ, ਹਰ ਪ੍ਰਕਾਰ ਦੀ ਦਾਸਤਾਂ, ਕੀ ਆਰਥਿਕ, ਕੀ ਰਾਜਨੀਤਿਕ, ਕੀ ਸਮਾਜਿਕ, ਜੜ੍ਹ ਤੋਂ ਅਖਾੜ ਸੁੱਟੋ, ਮਨੁੱਖਤਾ ਹੀ ਸੱਚਾ ਧਰਮ ਹੈ, ਜੈ ਜਨਤਾ। ਸੋਹਣ ਸਿੰਘ ਭਕਨਾ,
ਬਾਬਾ ਜੀ ਦੀ ਲੇਖਣੀ ਵਿੱਚੋਂ ਇਹਨਾਂ ਨੇ ਆਪ ਜਿਹੜਾ ਪੱਥਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਆਪ ਲਾਗੇ ਬੈਠ ਕੇ ਉਹਨਾਂ ਨੇ ਸਾਰਾ ਇਹ ਪੱਥਰ ਤਿਆਰ ਕਰਵਾਇਆ ਤਾਂ ਕਿ ਕੱਲ੍ਹ ਨੂੰ ਕੋਈ ਮੁੜ ਕੇ ਇਹ ਨਾ ਕਹੇ ਕਿ ਇਹ ਬਾਅਦ ਦੇ ਵਿੱਚ ਬਾਬਾ ਜੀ ਨੇ ਜੋ ਲਿਖਿਆ ਹੈ ਗਲਤ ਹੈ। ਇੱਥੋਂ ਦੇ ਪਿੰਡ ਦੇ ਲੋਕ ਵੀ ਦੱਸਦੇ ਹਨ ਕਿ ਬਾਬਾ ਜੀ ਨੇ ਇੱਥੋਂ ਤੱਕ ਐਲਾਨ ਕੀਤਾ ਸੀ ਕਿ ਜੋ ਮੈਂ ਲਿਖਿਆ ਜੇ ਇਹਨੂੰ ਕਿਸੇ ਨੇ ਗਲਤ ਕਰਨਾ ਤਾਂ ਮੇਰੇ ਜਿੰਦਾ ਜੀ ਸਾਬਤ ਕਰ ਸਕਦਾ, ਮਗਰੋਂ ਇਹ ਜਿਹੜੇ ਨਾਰੇ ਦਿੱਤੇ ਹੋਏ ਆ ਜੋ ਲਿਖਿਆ ਹੋਇਆ ਇਸ ਨੂੰ ਕੋਈ ਗਲਤ ਜਿਹੜਾ ਸਾਬਤ ਨਾ ਕਰੇ। ਅਤੇ ਆਓ ਆਪਾਂ ਅੱਗੇ ਪਿੰਡ ਦੇ ਵਿੱਚ ਵੀ ਚੱਲ ਕੇ ਅਤੇ ਜਿੱਥੇ ਬਾਬਾ ਜੀ ਦੇ ਆਖਰੀ ਸਮਾਂ ਗੁਜ਼ਾਰਿਆ ਜਿੱਥੇ ਰਹਿੰਦੇ ਰਹੇ ਉਸ ਜਗ੍ਹਾ ਦੇ ਵੀ ਦਰਸ਼ਨ ਕਰਾਂਗੇ। ਅਤੇ ਜੇ ਸਾਨੂੰ ਪਿੰਡ ਦੇ ਵਿੱਚ ਬਾਬਾ ਜੀ ਦੇ ਨਾਲ ਕੋਈ ਸੰਬੰਧਿਤ ਵਿਅਕਤੀ ਜਿਨ੍ਹਾਂ ਨੇ ਬਾਬਾ ਜੀ ਦੇ ਨਾਲ ਨੇੜਤਾ ਹੋਵੇ ਜੇ ਉਹ ਮਿਲਿਆ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਆਓ ਅੱਗੇ ਚੱਲਦੇ ਹਾਂ। ਅੱਜ ਅਸੀਂ ਪਿੰਡ ਪਕਨਾ ਵਿਖੇ ਪਹੁੰਚੇ ਹੋਏ ਹਾਂ। ਬਾਬਾ ਸੋਹਣ ਸਿੰਘ ਜੀ ਪਕਨਾ ਜੋ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਹਨ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਯਾਦਾਂ ਸੀ ਉਹ ਦੇਖ ਰਹੇ ਹਾਂ। ਇਹ ਜੋ ਆਪਾਂ ਦਰਖਤ ਦੇਖ ਰਹੇ ਹਾਂ ਜਾਮਨ ਦਾ ਦਰਖਤ ਹੈ, ਮੁੱਢ ਵੀ ਬਹੁਤ ਕਾਫੀ ਵੱਡਾ ਹੈ। ਜਿੱਥੇ ਬਾਬਾ ਜੀ ਨੇ ਆਖਰੀ ਜਿਹੜੇ ਸਮਾਂ ਗੁਜ਼ਾਰਿਆ ਇੱਥੇ ਬਾਬਾ ਜੀ ਦੱਸਦੇ ਹਨ ਕਿ ਮੰਜੇ 'ਤੇ ਆ ਕੇ ਬੈਠ ਜਾਂਦੇ ਸੀ ਅਤੇ ਨਾਲੇ ਉਹਨਾਂ ਨੇ ਜਿਹੜਾ ਸਾਹਿਤ ਰਚਨਾ ਕੀਤੀ ਹੈ, ਕਿਤਾਬਾਂ ਲਿਖੀਆਂ ਹਨ। ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਸਾਡੇ ਨਾਲ ਪਹਿਲਾਂ ਵੀ ਮੌਜੂਦ ਸੀ ਅਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਬਾਬਾ ਜੀ ਨੇ ਕਿਹੜੀ ਕਿਤਾਬ ਦੀ ਰਚਨਾ ਕੀਤੀ। ਬਾਬਾ ਸੋਹਣ ਸਿੰਘ ਜੀ ਪਕਨਾ ਜਦੋਂ ਆਪਣੇ ਆਜ਼ਾਦੀ ਦੇ ਘੋਲ ਤੋਂ ਵਿਹਲੇ ਹੋ ਗਏ, ਜਦੋਂ ਜੇਲ੍ਹਾਂ ਭੁੱਖ ਹੜਤਾਲਾਂ ਕੱਟ ਕੇ ਆਪਣੇ ਜੱਦੀ ਘਰ ਪਕਨਾ ਕਲਾਂ ਔਰ ਇਸ ਸਥਾਨ 'ਤੇ ਆਏ, ਇੱਥੇ ਬਾਬਾ ਜੀ ਨੇ ਬਾਕੀ ਜਿਹੜਾ ਜੀਵਨ ਸੀਗਾ ਉਹ ਇੱਥੇ ਬਤੀਤ ਕੀਤਾ। ਔਰ ਬਾਬਾ ਜੀ ਨੂੰ ਕੁਝ ਲੇਖਕਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ। ਬਾਬਾ ਜੀ ਨਹੀਂ ਸੀ ਚਾਹੁੰਦੇ ਵੀ ਮੈਂ ਆਪਣੇ ਜੀਵਨ ਬਾਰੇ ਕੁਝ ਲਿਖਾਂ, ਲੇਕਿਨ ਕੁਝ ਲੇਖਕਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ, ਬਾਬਾ ਜੀ ਤੁਸੀਂ ਆਪਣੀ ਜੀਵਨੀ ਬਾਰੇ ਜ਼ਰੂਰ ਕੁਝ ਨਾ ਕੁਝ ਲਿਖੋ। ਫਿਰ ਬਾਬਾ ਜੀ ਨੇ ਆਪਣੀ ਪੂਰੀਆਂ ਖੱਟੀਆਂ ਮਿੱਠੀਆਂ ਯਾਦਾਂ, ਦੇਸ਼ ਪ੍ਰਤੀ ਜੋ ਵੀ ਉਹਨਾਂ ਜੇਲ੍ਹਾਂ ਕੱਟੀਆਂ, ਭੁੱਖ ਹੜਤਾਲਾਂ ਕੀਤੀਆਂ, ਉਹਨਾਂ ਪ੍ਰਤੀ ਉਹਨਾਂ ਨੇ ਫਿਰ ਇੱਕ ਜੀਵਨ ਸੰਗਰਾਮ ਜਿਹੜੀ ਆ ਇੱਕ ਕਿਤਾਬ ਦਾ ਰੂਪ ਦੇ ਕੇ ਆਪਣੀ ਪੂਰੀ ਜੀਵਨੀ ਜਿਹੜੀ ਆ ਉਸ ਕਿਤਾਬ ਦੇ ਵਿੱਚ ਅੰਕਿਤ ਕੀਤੀ। ਬਾਬਾ ਸੋਹਣ ਸਿੰਘ ਜੀ ਪਕਨਾ ਨੇ ਇੱਕ ਇਹੋ ਜਿਹੀ ਜਗ੍ਹਾ, ਇਕਾਂਤ ਜਗ੍ਹਾ, ਇੱਕ ਹਰਿਆਲੀ ਵਾਲੀ ਜਗ੍ਹਾ, ਇਸ ਜਾਮਨੂ ਦੇ ਥੱਲੇ ਬੈਠ ਕੇ ਬਾਬਾ ਜੀ ਇਕਾਂਤ ਦੇ ਵਿੱਚ ਆਪਣੀ ਜੀਵਨ ਸੰਗਰਾਮ ਜਿਹੜੀ ਆ ਉਹਨਾਂ ਨੇ ਕਿਤਾਬ ਲਿਖੀ ਅਤੇ ਆਪਣਾ ਜੀਵਨ ਦਾ ਪੂਰਾ ਵਿਊੜਾ ਜਿਹੜਾ ਵਾ ਉਸ ਕਿਤਾਬ ਦੇ ਵਿੱਚ ਦੇ ਦਿੱਤਾ। ਜੋ ਵੀ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਔਰ ਦੇਸ਼ ਪ੍ਰਤੀ ਜੋ ਕੁਰਬਾਨੀਆਂ ਕੀਤੀਆਂ ਸੀਗੀਆਂ ਬਾਬਾ ਜੀ ਨੇ, ਉਹ ਇਸ ਦਰਖਤ ਥੱਲੇ ਸਾਨੂੰ ਮਾਣ ਆ ਵੀ ਇਸ ਦਰਖਤ ਨੂੰ ਬਚਾ ਕੇ ਰੱਖਿਆ ਹੋਇਆ ਹੈ ਔਰ ਇਸ ਦਰਖਤ ਦੀਆਂ ਜਿਹੜੀਆਂ ਯਾਦਾਂ ਵਾ ਬਾਬਾ ਜੀ ਦੇ ਨਾਲ ਜੁੜੀਆਂ, ਆਪਣੀ ਜੀਵਨ ਸੰਗਰਾਮ ਜਿਹੜੀ ਸੀ ਉਹ ਇਸ ਦਰਖਤ ਥੱਲੇ ਲਿਖੀ ਬਾਬਾ ਜੀ ਨੇ। ਬਿਲਕੁਲ ਜੀ, ਜਿਹੜੀਆਂ ਇਤਿਹਾਸ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਦਰਖਤ ਵੀ ਜਿਹੜੇ ਇਤਿਹਾਸਕ ਹਨ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਅਤੇ ਬਹੁਤ ਸਾਰੇ ਉਹਨਾਂ ਨੇ ਤਸੀਹੇ ਜੇਲ੍ਹਾਂ ਦੇ ਵਿੱਚ ਜਿਹੜੇ ਚੱਲੇ ਜਿਨ੍ਹਾਂ ਬਾਰੇ ਆਪਾਂ ਹੁਣ ਵੀ ਜੇ ਸੁਣ ਲਈਏ ਜਦੋਂ ਕਿਤਾਬਾਂ ਦੇ ਵਿੱਚ ਪੜ੍ਹੀਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਜਿਹੜੇ ਉਹਨਾਂ ਨੇ ਤਸੀਹੇ ਚੱਲੇ ਦੇਸ਼ ਵਾਸਤੇ। ਅਤੇ ਬਾਬਾ ਜੀ ਦੇ ਨਾਲ ਸੰਬੰਧਿਤ, ਬਾਬਾ ਸੋਹਣ ਸਿੰਘ ਜੀ ਪਕਨਾ ਦੇ ਨਾਲ ਸੰਬੰਧਿਤ ਦਰਖਤ ਹੈ ਜਿੱਥੇ ਬਾਬਾ ਜੀ ਨੇ ਆਖਰੀ ਸਮੇਂ ਰਿਹਾ ਕਰਦੇ ਸੀ ਅਤੇ ਇੱਥੇ ਬੈਠ ਕੇ ਹੀ ਬਾਬਾ ਜੀ ਨੇ ਜਿਸ ਤਰ੍ਹਾਂ ਭਾਈ ਸਿਰਮ ਨੇ ਦੱਸਿਆ ਕਿ ਜੀਵਨ ਸੰਗਰਾਮ ਜਿਹੜੀ ਕਿਤਾਬ ਹੈ ਬਾਬਾ ਜੀ ਨੇ ਇੱਥੇ ਬੈਠ ਕੇ ਪੂਰੀ ਕੀਤੀ। ਜੀ ਅੱਜ ਅਸੀਂ ਪਿੰਡ ਪਕਨਾ ਵਿਖੇ ਬਾਬਾ ਸੋਹਣ ਸਿੰਘ ਜੀ ਪਕਨਾ ਜਿਹੜੇ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸੀ ਉੱਥੇ ਪਹੁੰਚੇ ਹੋਏ ਹਾਂ। ਬਹੁਤ ਸਾਰੇ ਆਪਾਂ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਵੇਲੇ ਸਾਡੇ ਨਾਲ ਬਾਬਾ ਜੀ ਦੀ ਜੋ ਪਰਿਵਾਰ ਦੇ ਵਿੱਚੋਂ ਪੋਤਰੇ ਹਨ ਉਹ ਮੌਜੂਦ ਨੇ ਅਤੇ ਆਓ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ ਕਿ ਬਾਬਾ ਜੀ ਦਾ ਕਿਹੋ ਜਿਹਾ ਸੁਭਾਅ ਸੀ, ਕਿਉਂਕਿ ਇਹਨਾਂ ਨੂੰ ਮੌਕਾ ਮਿਲਿਆ ਹੈ ਬਾਬਾ ਜੀ ਦੇ ਕੋਲ ਰਹਿਣ ਦਾ। ਕਾਫੀ ਸਮਾਂ ਜਿਹੜਾ ਇੱਥੇ ਬਾਬਾ ਜੀ ਨੇ ਜਦੋਂ ਗੁਜ਼ਾਰਿਆ ਅਤੇ ਇਹ ਲਾਗੇ ਰਹਿੰਦੇ ਰਹੇ ਨੇ, ਇਹਨਾਂ ਨੂੰ ਸਾਰਾ ਕਿ ਬਾਬਾ ਜੀ ਦਾ ਸੁਭਾਅ ਕਿਹੋ ਜਿਹਾ ਸੀ। ਅਤੇ ਕਈ ਵਾਰ ਜਿਹੜੇ ਬਜ਼ੁਰਗ ਹੁੰਦੇ ਆ ਉਹ ਪਰਿਵਾਰ ਨੂੰ ਹਦਾਇਤਾਂ ਦਿੰਦੇ ਰਹਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਅਜਿਹਾ ਵਿਹਾਰ ਕਰਨਾ ਜਾਂ ਸਮਾਜ ਦੇ ਵਿੱਚ ਇਸ ਤਰ੍ਹਾਂ ਤੁਸੀਂ ਵਿਚਰਨਾ ਹੈ, ਉਹ ਬਾਬਾ ਜੀ ਦੇ ਕਿਹੋ ਜਿਹੇ ਵਿਚਾਰ ਸੀ, ਆਓ ਗੱਲਬਾਤ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਹਜ਼ਾਰਾ ਸਿੰਘ।
ਬਾਪੂ ਹਜ਼ਾਰਾ ਸਿੰਘ ਜੀ, ਬਾਬਾ ਸੋਹਣ ਸਿੰਘ ਜੀ ਭਕਨਾ, ਜਿਨ੍ਹਾਂ ਨੂੰ ਤੁਸੀਂ ਨੇੜਿਓਂ ਹੋ ਕੇ ਦੇਖਿਆ, ਤੁਹਾਡੇ ਤੁਸੀਂ ਰਹੇ, ਸ਼ੋ ਹੋ ਸਕਦਾ ਹੈ ਕਿ ਉਹਦੀ ਗੋਡੀ ਦੇ ਵਿੱਚ ਖੇਡੇ ਵੀ ਹੋ, ਬਾਬਾ ਜੀ ਦਾ ਕਿਹੋ ਜਿਹਾ ਸੁਭਾਅ ਸੀ, ਜਾਂ ਤੁਹਾਨੂੰ ਕਿਹੋ ਜਿਹੀਆਂ ਹਦਾਇਤਾਂ ਦਿੰਦੇ ਹੁੰਦੇ ਸੀ, ਜਾਂ ਜਿਹੜੀ ਉਹਨਾਂ ਦੀਆਂ ਯਾਦਾਂ ਸੀਗੀਆਂ ਜੇਲ੍ਹ ਦੀਆਂ ਜਾਂ ਵਿਦੇਸ਼ਾਂ ਦੀਆਂ, ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹੋਣਗੇ, ਉਹ ਤੁਸੀਂ ਸਾਰੀ ਗੱਲਬਾਤ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਬਾਬਾ ਜੀ ਦਾ ਜਿਹੜੇ ਸੁਭਾਅ ਸੀ ਨਾ, ਬਹੁਤ ਵਧੀਆ ਸੁਭਾਅ ਸੀ ਨਾ, ਉਹ ਸਾਰੀ ਉਮਰ ਕਿਸੇ ਦੇ ਮਥਾਜ ਹੋਏ ਆ, ਅਤੇ ਨਾ ਉਹਨਾਂ ਨੇ ਕੋਈ ਇਹੋ ਜਿਹੀਆਂ ਗੱਲ ਜਿਹੜੀ ਵੀ ਉਹਨਾਂ ਦੀ ਤੋਲਦਾਰ ਹੁੰਦੀ ਸੀ। ਸਾਨੂੰ ਹਦਾਇਤਾਂ ਉਹਨਾਂ ਦੀਆਂ ਇਹ ਹੀ ਸੀ ਵੀ ਤੁਸੀਂ ਕਾਕਾ ਅੱਜ ਤਾਂ ਸਾਰੀ ਉਮਰ ਜੇਲ੍ਹਾਂ 'ਚ ਗੁਜ਼ਾਰੀ ਆ ਦੇਸ਼ ਦੀ ਆਜ਼ਾਦੀ ਵਾਸਤੇ, ਤੁਸਾਂ ਵੀ ਜੋ ਵੀ ਚੰਗੇ ਕੰਮ ਕਰਨੇ ਆ ਵੱਧ ਤੋਂ ਵੱਧ ਜਿਹੜੀ ਆ ਦੇਸ਼ ਵਾਸਤੇ ਜਜ਼ਬਾ ਰੱਖਣਾ ਅਤੇ ਮਾੜਿਆਂ ਕੰਮਾਂ ਤੋਂ ਬਚ ਕੇ ਰਹਿਣਾ, ਚੰਗੇ ਕੰਮ ਕਰਨੇ, ਕਿਸੇ ਜੋ ਵੀ ਕਿਸੇ ਦੀ ਭਲਾਈ ਵਾਸਤੇ ਕੰਮ ਕਰਨਾ ਉਹ ਹੀ ਬਿਹਤਰ ਹੁੰਦਾ। ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ ਹੈ ਨਾ, ਉਦੋਂ ਇੱਥੇ ਬਾਬਾ ਜੀ ਹੈ, ਇੱਥੇ ਉਹਨਾਂ ਦਾ ਘਰ ਸੀ, ਇੱਥੇ ਰਹਿੰਦੇ ਸੀ, ਅਤੇ ਲੱਗ ਲੱਗ ਦੋ ਚਾਰ ਪਿੰਡਾਂ ਦੇ ਉਹਨਾਂ ਮੁਸਲਮਾਨ ਵੀ ਸੱਦ ਲੈਣੇ, ਸਿੱਖ ਵੀ ਸੱਦ ਲੈਣੇ। ਉਹਨਾਂ ਨੂੰ ਇਹੋ ਹਦਾਇਤਾਂ ਸੀ ਵੀ ਆਪਾਂ ਵੱਢ ਫੱਟ ਨਹੀਂ ਕਰਨੀ, ਇਹ ਅਸੀਂ ਕੋਲ ਬਹਿ ਕੇ ਸੁਣਦੇ ਰਹੇ ਹਾਂ। ਉਦੋਂ ਮੇਰੇ ਕੋਈ 13-14 ਸਾਲ ਦੀ ਉਮਰ ਸੀ। ਉਹਨਾਂ ਆਖਿਆ ਵੀ ਜੇ ਬਾਹਰੋਂ ਆਣ ਕੇ ਕੋਈ ਸਾਨੂੰ ਪੈਂਦੇ ਨੇ, ਜੇ ਉਹ ਫਤਿਹ ਨਾਅਰੇ ਲਾਉਂਦੇ ਆ ਫਤਿਹ ਦੇ, ਤਾਂ ਫਤਿਹ ਦਾ ਜਵਾਬ ਦਿਓ, ਜੇ ਅੱਲਾਹ ਹੂ ਦੇ ਲਾਉਂਦੇ ਅੱਲਾਹ ਹੂ ਦਾ ਜਵਾਬ ਦਿਓ। ਇਹੋ ਜਿਹੀਆਂ ਵਿਚਾਰਾਂ ਉਹਨਾਂ ਦੀ ਇਹੀ, ਉਹਨਾਂ ਲੋਕਾਂ ਦੇ ਨਾਲ ਵੀ ਉਹੀ ਵੀ ਆਪਾਂ ਦੇਸ਼ ਇਕੱਠੇ ਰਹੇ ਹਾਂ ਅਤੇ ਚੰਗੇ ਬਣ ਕੇ ਰਹੀਏ, ਵੱਢ ਫੱਟ ਤੋਂ ਬਚੀਏ। ਬਾਕੀ ਜਿਹੜੀ ਬਾਬਾ ਜੀ ਜੇਲ੍ਹ ਦੀਆਂ ਗੱਲਾਂ ਸੀ, ਉਹ ਸਾਡੇ ਨਾਲ ਇਹ ਸੀ ਕਰਦੇ ਹੁੰਦੇ ਵੀ ਉਹਨਾਂ ਦੀ ਜਿਹੜੀ ਜੇਲ੍ਹ ਹੈ ਨਾ ਜ਼ਿੰਦਗੀ ਦੀ, ਦੇਸ਼ ਦੀ ਆਜ਼ਾਦੀ ਵਾਸਤੇ 4-5 ਸਾਲ ਤਾਂ ਲਾਹੌਰ ਜੇਲ੍ਹ 'ਚ ਉਹਨਾਂ ਹਵਾਲਾਰ 'ਚ ਗੁਜ਼ਾਰੇ। ਉੱਥੇ ਜਦੋਂ ਨਾਲ ਦੇ ਸਾਥੀ ਫਸ ਆ ਗਏ, ਉੱਥੋਂ ਫਿਰ ਜਦੋਂ ਅਖੀਰ 'ਤੇ ਜਦੋਂ ਅਗਲੇ ਦਿਨ ਬਾਬਾ ਜੀ ਨੂੰ ਇਹ ਫਾਂਸੀ ਦੇਣਾ ਸੀ, ਤਾਂ ਫਿਰ ਇਹਨਾਂ ਦਾ ਮਗਰ ਆਰਡਰ ਆ ਗਿਆ ਵੀ ਨਹੀਂ ਫਾਂਸੀ ਬੰਦ ਕਰ ਦਿਓ। ਉਹ ਮਿਲਾ ਕੇ ਫਿਰ ਉਮਰ ਕੈਦ ਹੋਈ, ਉਮਰ ਕੈਦ ਦੇ ਵਿੱਚ 26 ਸਾਲ ਲਗਾਤਾਰ ਬਾਹਰ ਕਾਲੇ ਪਾਣੀ ਜਿਹਨਾਂ ਨੂੰ ਆਖਿਆ ਜਾਂਦਾ ਹੈ, ਨਿਕੋਬਾਰ ਇੰਡੋਮਾਨ ਦੀਆਂ ਜੇਲ੍ਹਾਂ ਦੇ ਵਿੱਚ ਪਤਾ ਹੀ ਨਹੀਂ 26 ਸਾਲ ਵੀ ਬਾਬਾ ਜੀ ਕਿੱਥੇ ਆ ਕਿੱਥੇ ਨਹੀਂ। ਉਦੋਂ ਆਣ ਕੇ ਵੀ ਉੱਥੋਂ ਉਹਨਾਂ ਨੇ ਜਦੋਂ 1942 'ਚ ਆਏ ਨੇ, ਬੜੀ ਵੱਡੀ ਕਾਨਫਰੰਸ ਹੋਈ ਇੱਥੇ ਭਗਤ ਨੇ, ਅਤੇ ਬਾਅਦ ਦੇ ਵਿੱਚ ਵੀ ਉਹ ਆਰਾਮ ਨਾਲ ਨਹੀਂ ਬੈਠੇ। ਉਹਨਾਂ ਦਾ ਮਤਲਬ ਇਹ ਸੀ ਵੀ ਜੇ ਮੋਗੇ ਮਾਗੇ ਉਦੋਂ ਅੰਗਰੇਜ਼ ਛੋਟੇ ਕਰਦੇ, ਉਹ ਫਰਸਾ ਛੀਨਾ ਮੋਰਚਾ ਲਗਾ, ਉਹਦੇ ਜਾ ਕੇ ਫਿਰ ਕੈਦ ਰਹੇ, ਫਿਰ ਉਹ ਕਿਸਾਨ ਮੋਰਚਾ ਲੱਗਾ ਪੁਤਲੀ ਕਰ, ਉਹਦੇ 'ਚ ਰਹੇ। ਮਤਲਬ ਬਾਬਾ ਜੀ ਦਾ ਜਿਹੜਾ ਹੈ ਨਾ ਸਾਰਾ ਜੀਵਨ ਜਿਹੜਾ ਉਹ ਇਸੇ ਦੇਸ਼ ਦੀ ਆਜ਼ਾਦੀ ਵਾਸਤੇ ਸੰਘਰਸ਼ ਉਹਨਾਂ ਨੇ ਕੀਤਾ। ਅਖੀਰ ਤੱਕ ਬਾਬਾ ਜੀ ਆਉਂਦੇ ਸੀ ਵੀ ਜਿਹੜੀ ਆਜ਼ਾਦੀ ਅਸੀਂ ਚਾਹੁੰਦੇ ਸੀ, ਜਦੋਂ ਦੇਸ਼ ਆਜ਼ਾਦ ਹੀ ਹੋ ਗਿਆ, ਉਹ ਆਜ਼ਾਦੀ ਮਿਲੀ ਨਹੀਂ। ਜਿਹੜਾ ਗਰੀਬ ਅਮੀਰ ਦਾ ਪਾਲਾ ਤਾਂ ਚਲੋ ਵੈਸੇ ਹੁੰਦਾ ਹੀ ਆ, ਪਰ ਜਿੰਨਾ ਸਾਡੇ ਮੁਲਕ ਦਾ ਸਾਮਰਾਜ ਜਿਹੜਾ ਛਾਇਆ ਹੋਇਆ, ਉਹ ਕੋਈ ਫਰਕ ਨਹੀਂ ਪਿਆ ਸਾਨੂੰ, ਕੋਈ ਇਹ ਆਜ਼ਾਦੀ ਜਿਹੜੀ ਆ ਉਹ ਨਹੀਂ ਉਹ ਲੱਭੀ ਜਿਹੜੀ ਅਸੀਂ ਲੱਭਦੇ ਸਾਰੀ ਉਮਰ ਗਾਲ ਲਈ ਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮਗਰ ਸਾਰੀ ਉਮਰ ਉਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਬਾਕੀ ਜਿਹੜੇ ਸਾਡੇ ਵੱਲੋਂ ਆ, ਅਸੀਂ ਜਿੰਨਾ ਵੀ ਹੋ ਉਹਨਾਂ ਦੇ ਬਾਬਾ ਜੀ ਦੇ 4 ਜਨਵਰੀ ਉਹਨਾਂ ਦੇ ਸਥਾਨ 'ਤੇ ਦਿਨ ਮਨਾਉਂਦੇ ਹਾਂ, ਜੋ ਸਾਡਾ ਫਰਜ਼ ਪਰਿਵਾਰ ਦਾ ਬਣਦਾ ਹੈ ਨਿਭਾਉਂਦੇ ਹਾਂ। ਦੂਜਾ ਉਹਨਾਂ ਨੇ ਕੋਈ ਜੇ ਸਹੂਲਤਾਂ ਬਾਅਦ ਦੇ ਵਿੱਚ ਕੋਈ ਸਰਕਾਰ ਦੇਣਾ ਚਾਹੀਦੀ, ਉਹਨਾਂ ਠੁੱਡ ਮਾਰ ਕੇ ਠੁਕਰਾ ਦਿੱਤੀਆਂ ਨੇ, ਉਹਨਾਂ ਕੋਈ ਸਰਕਾਰ ਕੋਈ ਸਹੂਲਤ ਨਹੀਂ ਲਈ, ਅਤੇ ਨਾ ਅਸੀਂ ਕੋਈ ਮੰਗਣੇ ਚਾਹੁੰਦੇ ਤਾਂ ਨਾ ਅਸੀਂ ਕੋਈ ਲਈ ਹੈ, ਤਾਂ ਨਾ ਉਹਨੇ ਦੇ ਕੋਈ 4 ਦਿਨ ਦੀ ਜੇਲ੍ਹ ਕੱਟ ਆਉਂਦਾ ਜਾਂ ਕੋਈ ਇਹੋ ਜਿਹੇ ਦੇਸ਼ ਭਗਤ ਦਾ ਪਰਿਵਾਰ 'ਚ ਹੁੰਦਾ, ਐਵੇਂ ਧਰਲੇ ਮਾਰੀਏ ਮੇਰੀ ਪਿਲਸਨ ਲੱਗ ਜਾਏ। ਔਰ ਉਹਦੇ ਆ ਵੀ ਜੋ ਉਹਨਾਂ ਦੇ ਅਸੂਲਾਂ 'ਤੇ ਅਸੀਂ ਹੁਣ ਤੱਕ ਆਪਣੀ ਉਮਰ 80 ਸਾਲ ਦੀ ਹੋ ਗਈ, ਅਸੀਂ ਵੀ ਹੁਣ ਤੱਕ ਉਹਨਾਂ ਦੇ ਅਸੂਲਾਂ 'ਤੇ ਤੁਰੇ ਆ ਰਹੇ। ਬਹੁਤ ਵਧੀਆ ਜੀ, ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ, ਪਰਿਵਾਰ ਨੂੰ ਜ਼ਰੂਰ ਜਿਹੜੇ ਸਾਡੇ ਵੱਡ ਵਡੇਰੇ ਹੁੰਦੇ ਆ ਉਹਨਾਂ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ, ਅਤੇ ਬਾਬਾ ਸੋਹਣ ਸਿੰਘ ਜੀ ਭਕਨਾ ਜੀ ਦੀ ਤਾਂ ਬਹੁਤ ਵੱਡੀ ਕੁਰਬਾਨੀ ਹੈ, ਬਹੁਤ ਵੱਡੇ ਉਹਨਾਂ ਦੇ ਵਿਚਾਰ ਸਨ, ਉਹਨਾਂ ਦਾ ਇੱਕ ਆਦਰਸ਼ ਸੀਗਾ, ਦੇਸ਼ ਦੇ ਸਾਹਮਣੇ ਉਹਨਾਂ ਰੱਖਿਆ। ਜੇ ਆਪਾਂ ਪੂਰਨ ਆਜ਼ਾਦੀ ਦੀ ਗੱਲ ਕਰ ਲਈਏ, ਸਭ ਤੋਂ ਪਹਿਲਾਂ ਇਹ ਜਿਹੜੀ ਮੰਗ ਹੈ ਗਦਰ ਪਾਰਟੀ ਨੇ ਹੀ ਮੰਗ ਕੀਤੀ ਸੀ, ਅਤੇ ਗਦਰ ਪਾਰਟੀ
ਦੇ ਬਹੁਤ ਸਾਰੇ ਜਿਹੜੇ ਸੂਰਵੀਰ ਯੋਧੇ ਸੀ ਉਹਨਾਂ ਨੂੰ ਫਾਂਸੀਆਂ 'ਤੇ ਚੁਣਨਾ ਪਿਆ। ਬਹੁਤ ਸਾਰਿਆਂ ਨੂੰ ਜਿਸ ਤਰ੍ਹਾਂ ਜਿਹਨਾਂ ਨੂੰ ਕਾਲੇ ਪਾਣੀ ਕਹਿੰਦੇ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਕਸ਼ਟ ਸਹਾਰਨੇ ਪਏ, ਕਿਉਂਕਿ ਜਿਹੜੀਆਂ ਹੁਣ ਵਰਗੀਆਂ ਜੇਲ੍ਹਾਂ ਉਹ ਜੇਲ੍ਹਾਂ ਨਹੀਂ ਸੀ, ਉਹਨਾਂ ਜੇਲ੍ਹਾਂ ਦਾ ਬਹੁਤ ਫਰਕ ਸੀਗਾ। ਆਪਾਂ ਫੋਟੋ ਵੀ ਦੇਖਦੇ ਹਾਂ ਕਿ ਬਾਬਿਆਂ ਨੂੰ ਬੀੜੀਆਂ ਲਾ ਦਿੱਤੀਆਂ ਜਾਂਦੀਆਂ ਸੀਗੀਆਂ, ਹੱਥਾਂ ਟੰਗ ਦਿੱਤੇ ਜਾਂਦੇ ਸੀ, ਬਹੁਤ ਜਿਹੜੇ ਸਾਰੇ ਜਿਹੜੇ ਤਸੀਹੇ ਦਿੱਤੇ ਜਾਂਦੇ ਸੀ। ਜਿਸ ਤਰ੍ਹਾਂ ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਵੀ ਫਾਂਸੀ ਦਾ ਹੁਕਮ ਹੋ ਚੁੱਕਾ ਸੀ ਅਤੇ ਬਾਅਦ ਦੇ ਵਿੱਚ ਉਮਰ ਕੈਦ ਦੇ ਵਿੱਚ ਬਦਲਿਆ ਗਿਆ। ਇਹਨਾਂ ਦੇ ਨਾਲ ਦੇ 7 ਜਿਹੜੇ ਗਦਰੀ ਦੇਸ਼ ਭਗਤ ਸੀ ਉਹਨਾਂ ਨੂੰ ਫਾਂਸੀ ਦੇ ਦਿੱਤਾ ਗਿਆ ਅਤੇ ਬਾਕੀ ਜਿਹੜੇ ਸੀ ਉਹਨਾਂ ਦੀ ਜਿਹੜੀ ਸਜ਼ਾ ਸੀ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ ਅਤੇ ਬਾਬਾ ਜੀ ਨੂੰ ਹੋਰ ਗਦਰੀ ਅਤੇ ਦੇਸ਼ ਭਗਤ ਸਾਥੀਆਂ ਦੇ ਨਾਲ ਬਹੁਤ ਸਾਰੀਆਂ ਜੇਲ੍ਹਾਂ ਦੇ ਵਿੱਚ ਰਹਿਣਾ ਪਿਆ। ਜਿਸ ਤਰ੍ਹਾਂ ਬਜ਼ੁਰਗਾਂ ਨੇ ਵੀ ਦੱਸਿਆ ਕਿ ਜੋ ਉਹ ਚਾਹੁੰਦੇ ਸੀ, ਜੋ ਗਦਰੀ ਸੂਰਮੇ ਚਾਹੁੰਦੇ ਸੀ, ਹਜੇ ਵੀ ਜਿਹੜਾ ਦੇਸ਼ ਆ ਉਸ ਤਰ੍ਹਾਂ ਦਾ ਜਿਹੜਾ ਰਾਜ ਪ੍ਰਬੰਧ ਹੈ ਉਹ ਨਹੀਂ ਆਇਆ, ਉਹਦੇ ਵਾਸਤੇ ਹਜੇ ਵੀ ਸੰਘਰਸ਼ ਜਾਰੀ ਰਹਿਣਗੇ ਅਤੇ ਚੱਲਦੇ ਰਹਿਣਗੇ, ਕਿਉਂਕਿ ਜਿੰਨਾ ਚਿਰ ਲੁੱਟ ਘਸੁੱਟ ਦਾ ਰਾਜ ਚੱਲਦਾ ਹੈ ਉਹਨਾਂ ਚਿਰ ਜਿਹੜੇ ਸੰਘਰਸ਼ ਆ ਜਾਰੀ ਰਹਿੰਦੇ ਆ। ਉਹ ਸੰਘਰਸ਼ ਕਿਸ ਪਾਸੇ ਨੂੰ ਜਾਂਦੇ ਆ, ਆਪਾਂ ਜੇ ਇਸ ਵੇਲੇ ਸਾਰੀ ਦੁਨੀਆ ਦੀ ਤਸਵੀਰ ਦੇਖ ਲਈਏ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਵੇਲੇ ਵੀ ਸੰਘਰਸ਼ ਚੱਲ ਰਿਹਾ, ਭਾਵੇਂ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ, ਦੁਨੀਆ ਬਹੁਤ ਪੜ੍ਹ ਲਿਖ ਗਈ ਹੈ, ਪਰ ਫਿਰ ਵੀ ਜਿਹੜਾ ਅਮੀਰੀ ਅਤੇ ਗਰੀਬੀ ਦਾ ਜਾਂ ਇੱਕ ਦੂਜੇ ਦੇ ਨਾਲ ਅਨਿਆਂ ਦਾ ਜਿਹੜਾ ਹੈ ਉਹ ਦਸਤੂਰ ਜਾਰੀ ਹੈ ਅਤੇ ਸਾਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹਜੇ ਵੀ ਸੰਘਰਸ਼ ਚੱਲ ਰਹੇ ਹਨ। ਹਿੰਦੁਸਤਾਨ ਦੇ ਵਿੱਚ ਵੀ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਹਜੇ ਵੀ ਭਾਵੇਂ ਉਹ ਦਮੇ ਰੂਪ ਦੇ ਵਿੱਚ ਹਨ ਚੱਲ ਰਹੀਆਂ ਹਨ, ਕਿਉਂਕਿ ਹਜੇ ਵੀ ਜਿਹੜਾ ਉਹ ਗਦਰੀ ਦੇਸ਼ ਭਗਤਾਂ ਦਾ ਸੂਰਬੀਰਾਂ ਦਾ ਜੋ ਸੁਪਨਾ ਸੀ ਉਹ ਹਜੇ ਸਾਕਾਰ ਨਹੀਂ ਹੋਇਆ, ਉਹਦੇ ਵਾਸਤੇ ਹਜੇ ਵੀ ਬਹੁਤ ਕੁਛ ਕਰਨਾ ਬਾਕੀ ਹੈ। ਆਓ ਅੱਗੇ ਪਿੰਡ ਦੇ ਵਿੱਚ ਚੱਲਦੇ ਹਾਂ ਅਤੇ ਬਾਬਾ ਸੋਹਣ ਸਿੰਘ ਜੀ ਭਗਨਾ ਦੀਆਂ ਯਾਦਾਂ ਪਿੰਡ ਵਾਸੀਆਂ ਨਾਲ ਸਾਂਝੀਆਂ ਕਰਦੇ ਹਾਂ। ਮੈਂ ਮਾਸਟਰ ਗਿਆਨ ਸਿੰਘ ਪਿੰਡ ਭਗਣਾ ਘਰਾਂ ਤੋਂ ਬਾਬਾ ਜੀ ਸੰਬੰਧ ਵਿੱਚ ਕੁਝ ਆਪ ਜੀ ਨਾਲ ਗੱਲਾਂ ਸਾਂਝੀ ਕਰਨੀ ਚਾਹੁੰਦਾ ਹਾਂ। ਬਾਬਾ ਜੀ ਦਾ ਜਨਮ 1870 ਈਸਵੀ ਵਿੱਚ ਖਤਰਾਏ ਕਰਨ ਨਾਨਕੇ ਘਰ ਵਿੱਚ ਹੋਇਆ ਸੀ। ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਵੇਖੇ। ਜਵਾਨੀ ਦੇ ਵਿੱਚ ਉਹਨਾਂ ਦੇ ਪਿਤਾ ਸੁਰਗਵਾਸ ਹੋ ਗਏ, ਫਿਰ ਉਹਨਾਂ ਆਪਣਾ ਵਾਹਿ ਜੋਤੀ ਦਾ ਕੰਮ ਸ਼ੁਰੂ ਕੀਤਾ। ਉਹ ਆਪਣੀ ਜ਼ਮੀਨਾਂ ਵਿੱਚ ਉਦਾਮਦਰ ਘੱਟ ਸੀ, ਆਪਣੀ ਰੋਜ਼ੀ ਰੋਟੀ ਵਾਸਤੇ ਉਹ ਅਮੈਰੀਕਾ ਚਲੇ ਗਏ। ਉੱਥੋਂ ਉਹਨਾਂ ਨੇ 1913 ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ, ਜਿਸ ਦੇ ਉਹ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਜੀ ਭਗਣਾ ਜੀ ਨੂੰ ਬਣਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਘਰਾਟੀ ਵਾਸਤੇ ਇੰਨਾ ਸੰਘਰਸ਼ ਕੀਤਾ, ਆਪਣਾ ਸਾਰਾ ਜੀਵਨ ਜੇਲ੍ਹਾਂ ਦੇ ਵਿੱਚ ਕੱਟਿਆ। ਉਹਨਾਂ ਦੇ ਲਾਹੌਰ ਜੈਲ ਦੇ ਵਿੱਚ ਭਗਤ ਸਿੰਘ ਨਾਲ ਹੀ ਮੁਲਾਕਾਤਾਂ ਹੋਈਆਂ। ਉਹਨਾਂ ਨੇ ਜਿੰਨੀ ਲੰਮੀ ਹੜਤਾਲ 93 ਦਿਨ ਦੀ ਹੜਤਾਲ ਉਹਨਾਂ ਨੇ ਆਪਣੇ ਜੀਵਨ ਅੰਗਰੇਜ਼ ਦੇ ਬਰਖਿਲਾਫ ਕਸ਼ਹਿਰੇ ਅਤੇ ਦਸਤਾਰ ਦੀ ਲੜਾਈ ਵਿੱਚ ਉਹਨਾਂ ਨੇ ਹੜਤਾਲ ਕੀਤੀ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਹੜਤਾਲ ਮੰਗਾਂ ਮੰਨੀ ਹੜਤਾਲ ਸਮਾਪਤ ਹੋਈ, ਮੁੜ ਕੇ ਉਹਨਾਂ ਨੂੰ ਰਿਹਾਅ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਉਹ ਰਿਹਾਅ ਹੋ ਕੇ ਪਿੰਡ ਭਗਣਾ ਦੇ ਵਿੱਚ ਪਹੁੰਚੇ ਅਤੇ ਕਿਸਾਨ ਸਭਾ ਦੀ ਐਡੀ ਵੱਡੀ ਕਾਨਫਰੰਸ ਭਗਣਾ ਘਰਾਂ ਦੇ ਵਿੱਚ ਜਿਹਦੀ ਅੱਜ ਤੱਕ ਕੋਈ ਵੀ ਮਿਸਾਲ ਨਹੀਂ ਮਿਲਦੀ। ਉਹਨਾਂ ਦਾ ਅਸਲ ਪਿੰਡ ਭਗਣਾ ਘਰਾਂ ਦੇ ਵਿੱਚ ਸੀ, ਜਿਹੜਾ ਉਹਨਾਂ ਜਦੋਂ ਅੰਗਰੇਜ਼ ਕੌਮ ਨੇ ਤੰਗ ਕੀਤਾ ਉਹ ਮਕਾਨ ਤੋਂ ਆਪਣੇ ਚੱਲ ਗਿਆ, ਆਪਣੇ ਖੂਹ ਦੇ ਡੇਰੇ 'ਚ ਜਾ ਕੇ ਡੇਰਾ ਵਸਾ ਲਿਆ। 24 ਘੰਟੇ ਉਹਨਾਂ CID ਰਹਿੰਦੀ ਸੀ। ਉਸ ਤੋਂ ਬਾਅਦ ਉਹਨਾਂ ਨੇ ਪਿੰਡ ਦੀ ਭਲਾਈ ਵਾਸਤੇ ਜਨਤਾ ਹਾਈ ਸਕੂਲ ਦੀ ਨੀਂਹ ਰਖਾਈ, ਨੀਂਹ ਰੱਖ ਕੇ ਉਹਨਾਂ ਨੇ ਬੱਚਿਆਂ ਨੂੰ ਵਿੱਦਿਆ ਦਾਨ ਦਿੱਤਾ, ਬੱਚੀਆਂ ਵਾਸਤੇ ਸਕੂਲ ਦਾ ਖਾਸ ਪ੍ਰਬੰਧ ਕੀਤਾ ਤਾਂ ਕਿ ਮਤਲਬ ਇਸ ਜਦ ਤੱਕ ਸਾਡੀਆਂ ਬੱਚੇ ਨਹੀਂ ਪੜ੍ਹਦੀਆਂ ਸਾਡੀ ਕੌਮ ਤਰੱਕੀ ਨਹੀਂ ਕਰ ਸਕਦੀ। ਇਸ ਕਰ ਉਹਨਾਂ ਨੇ ਉਸ ਤੋਂ ਬਾਅਦ ਹਰ ਕੋਈ ਵੀ ਇਨਕਲਾਬ ਵਾਸਤੇ ਕੋਈ ਗੱਲ ਚੱਲੀ, ਲਹਿਰ ਚੱਲੀ, ਉਹਨਾਂ ਨੇ ਜ਼ਿੰਦਗੀ ਵਿੱਚ ਹੀ ਵੱਧ ਤੋਂ ਵੱਧ ਹਿੱਸਾ ਪਾਇਆ ਤਾਂ ਕਿ ਮਤਲਬ ਉਹਨਾਂ ਦੇ ਇਸ ਤਸ਼ੀਹੇ ਸਲਦਿਆਂ ਉਹਨਾਂ ਨੂੰ ਕਾਲੇ ਪਾਣੀ ਸਜ਼ਾ ਹੋਈ। ਉਸ ਤੋਂ ਬਾਅਦ ਜਦੋਂ ਰਿਹਾਅ ਹੋ ਕੇ ਵਾਪਸ ਆਏ ਤਾਂ ਉਹਨਾਂ ਦਾ ਲੱਕ ਜਿਹੜਾ ਸੀਗਾ ਉਹ ਕੁੱਬਾ ਹੋ ਚੁੱਕਾ ਸੀ। ਕਈਆਂ ਪੁੱਛਣਾ ਵੀ ਇਹ ਕੀ ਗੱਲ ਹੈ, ਉਹ ਕਹਿੰਦੇ ਸਾਡੇ ਸਾਨੂੰ ਇਹ ਇਸ ਜਿਹੜੀ ਕੁਰਬਾਨੀ ਜਾਂ ਸੇਵਾ ਕੀਤੀ ਆ ਉਹਦਾ ਸਾਨੂੰ ਫਲ ਮਿਲਿਆ।
ਸਾਨੂੰ ਕੋਈ ਇਸ ਦਾ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਇਹ ਜ਼ਿੰਦਗੀ ਦੇ ਸੰਘਰਸ਼ ਚੱਲਦੇ ਰਹਿੰਦੇ ਆ। ਉਹਨਾਂ ਨੇ ਤਕੜਿਆਂ ਹੋ ਕੇ ਬੱਚਿਆਂ ਨੂੰ ਸਿਰੇ ਦਿੱਤੇ। ਉਹ ਕੌਮਾਂ ਤਰੱਕੀ ਕਰਦੀਆਂ ਜਿਹੜੇ ਆਪਣੇ ਟਾਈਮ ਦੇ ਪ੍ਰਬੰਧਨ ਡਿਊਟੀ ਡਿਊਟੀ ਸਮਝਣ, ਰਲ ਮਿਲ ਕੇ ਕੰਮ ਕਰਨ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਜਿਹੜਾ ਵਾ ਉਹ ਇਸ ਦੇਸ਼ ਦੀ ਸੇਵਾ ਦੀ ਕਰ ਸਕਦਾ ਹੈ। ਇਹ ਸੇਵਾ ਦੀ ਕਮਾਨ ਆਪਣੇ ਹੱਥ 'ਚੋਂ ਰੱਖ ਕੇ ਦੇਸ਼ ਨੂੰ ਉੱਚੀਆਂ ਚੜ੍ਹਦੀ ਕਲਾ ਰੱਖ ਸਕਦਾ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੀ ਆਤਮ ਕਥਾ ਲਿਖੀ। ਉਸ ਕਿਤਾਬ ਦਾ ਨਾਮ ਉਹਨਾਂ ਜੀਵਨ ਸੰਗਰਾਮ ਰੱਖਿਆ, ਜੋ ਉਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਜੋ ਵੀ ਉਹਨਾਂ ਕੁਰਬਾਨੀਆਂ ਕੀਤੀਆਂ, ਜੋ ਇਲਾਕੇ ਵਿੱਚ ਭਲਾਈ ਦੇ ਕੰਮ ਕੀਤੇ, ਉਹਨਾਂ ਨੇ ਆਪਣੇ ਹੱਥੀਂ ਉਹ ਲਿਖੇ ਲਿਖਾਏ। ਅਤੇ ਅਖੀਰ ਦੇ ਉੱਤੇ ਉਸ ਕਿਤਾਬ ਦੇ ਉੱਤੇ ਉਹਨਾਂ ਦੇ ਆਪਣੇ ਉਸ ਸਮੇਂ ਦੇ ਉਹਨਾਂ ਦੇ ਹਸਤਾਖਰ ਹੈਗੇ ਨੇ। ਅਤੇ 1968 ਦੇ ਵਿੱਚ ਇੱਥੇ ਸਕੂਲ ਦੇ ਲੈ ਕੇ ਕੁੜੀਆਂ ਬਣਾਈ, ਉਹਨਾਂ ਪਾ ਕੇ ਦੂਜੇ ਛੰਨ ਬਣਾਈ। ਇੱਥੇ ਆਖਰੀ ਦਮ ਤੱਕ ਉਹਨਾਂ ਆਪਣਾ ਜੀਵਨ ਬਤੀਤ ਕੀਤਾ। 1968 ਦੇ ਵਿੱਚ ਉਹਨਾਂ ਨੇ ਇਸ ਸੰਸਾਰ ਤੋਂ ਛੁੱਟੀ ਲਿਖੀ, ਇਸ ਸੰਸਾਰ ਤੋਂ ਵਿਦਿਆ ਹੋ ਗਏ। ਮੈਂ ਜੀ ਕਸ਼ਮੀਰ ਸਿੰਘ ਭਗਣਾ ਸਰਪੰਚ ਬੋਲ ਰਿਹਾ ਜੀ। ਮੈਂ ਕਹਿੰਦਾ ਵੀ ਭਗਣੇ ਦੀ ਜਿਹੜੇ ਬਾਬਾ ਸੋਹਣ ਸਿੰਘ ਭਗਣਾ ਦੀ ਬੜੀ ਉਹਨਾਂ ਦੀ ਕੁਰਬਾਨੀ ਸੀ, ਉਹਨਾਂ ਦੀ ਕੁਰਬਾਨੀ ਦੇ ਹਿਸਾਬ ਨਾਲ ਇੱਥੇ ਇਤਿਹਾਸ ਪੜ੍ਹਿਆ ਜਾਵੇ ਤਾਂ ਇੱਥੇ ਕੋਈ ਇੱਥੇ ਓਨਾ ਹਾਲਾਤ ਠੀਕ ਨਹੀਂ ਹੈਗਾ ਜਿਹੜਾ ਬਾਬੇ ਜੀ ਦੇ ਨਾਂ ਨੂੰ ਚਾਹੀਦਾ ਸੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਲਾਟੀ ਸ਼ਾਹ ਭਗਣਾ। ਬਾਬਾ ਜੀ ਦਾ ਜਿੰਨੀ ਕੁਰਬਾਨੀ ਸੀ ਉਹਦੇ ਹਿਸਾਬ ਨਾਲ ਇੱਥੇ ਇਲਾਕੇ ਦੇ ਵਿੱਚ ਬਾਬਾ ਜੀ ਦੇ ਨਾਂ ਦੇ ਕੋਈ ਯਾਦਗਾਰ ਇਹੋ ਜਿਹੀ ਬਣਨੀ ਚਾਹੀਦੀ ਜਿਹਦੇ ਵਿੱਚ ਸਾਰੇ ਇਲਾਕੇ ਨੂੰ ਵੀ ਫਾਇਦਾ ਹੋਵੇ ਅਤੇ ਬੱਚੇ ਉਹਦੇ ਵਿੱਚ ਰੁਜ਼ਗਾਰ ਪੈਦਾ ਕਰਨ ਮਤਲਬ ਲੈਣ। ਜਿੰਨਾ ਬਾਬਾ ਜੀ ਦਾ ਨਾਂ ਸੀ ਉਹਦੇ ਹਿਸਾਬ ਨਾਲ ਕੋਈ ਮਤਲਬ ਇੱਥੇ ਕੋਈ ਬਣੀ ਨਹੀਂ ਕੋਈ ਇਹੋ ਜਿਹੀ ਯਾਦਗਾਰ ਬਣਨੀ ਚਾਹੀਦੀ ਆ। ਕੋਈ ਕਾਲਜ ਹੋਵੇ ਬਾਬਾ ਜੀ ਦੇ ਨਾਂ 'ਤੇ, ਸਕੂਲ ਅੱਗੇ ਚੱਲ ਰਿਹਾ ਉਹ ਬਾਬਾ ਜੀ ਨੇ ਆਪ ਆਪਣੇ ਹੱਥੀਂ ਖੜਾ ਕੀਤਾ ਸੀ ਅਤੇ ਬਾਬਾ ਜੀ ਦਾ ਬੁੱਤ ਲੱਗਣਾ ਚਾਹੀਦਾ ਅਸੀਂ ਕਹਿੰਦੇ ਹਾਂ। ਖਾਸੇ ਚੌਂਕ 'ਚ ਜਿਹੜੇ ਬਾਹਰੋਂ ਆਉਂਦੇ ਆ ਵਾਹਗਾ ਬਾਰਡਰ ਵਿਖੇ ਸੈਲਾਨੀ, ਉਹਨਾਂ ਨੂੰ ਬਾਬਾ ਜੀ ਦਾ ਬਾਰੇ ਜਾਣਕਾਰੀ ਮਿਲ ਸਕੇ।